ਰੰਗ ਪੰਜਾਬ ਦੇ ਯੂਟਿਊਬ ਚੈਨਲ ਵੇਖਣ ਵਾਲੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਣੀ ਧਰਮ ਹਾਰੇ ਉਹਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਦੋਸਤੋ, ਅੱਜ ਮੇਰੇ ਨਾਲ ਨੇ ਖੇਡ ਕਬੱਡੀ ਦੇ ਮਹਾਨ ਰੇਡਰ, ਮਹਾਨ ਧਾਵੀ ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚ ਤਕੜੀ ਕਬੱਡੀ ਖੇਡੀ, ਸਰਦਾਰ ਅਮਰੀਕ ਸਿੰਘ ਜੀ, ਪਿੰਡ ਘਨੀਵਾਲ, ਜਿਨ੍ਹਾਂ ਦਾ ਜ਼ਿਲ੍ਹਾ ਪਟਿਆਲਾ। ਪਰ ਗਰਾਊਂਡਾਂ ਦੇ ਵਿੱਚ ਇਹਨਾਂ ਨੂੰ ਅਮਰੀਕ ਸਿੰਘ ਦੇ ਨਾਮ 'ਤੇ ਨਹੀਂ, ਡੀਜ਼ਲ ਘਨੀਵਾਲ ਦੇ ਨਾਂ 'ਤੇ ਕਰਕੇ ਜਾਣਿਆ ਜਾਂਦਾ ਸੀ। ਆਓ ਫਿਰ ਅੱਜ ਆਪਾਂ ਡੀਜ਼ਲ ਘਨੀਵਾਲ ਜੀ ਦੇ ਨਾਲ ਕਰਦੇ ਹਾਂ ਗੱਲਬਾਤ। ਹਾਂਜੀ ਬਾਈ, ਸਭ ਤੋਂ ਪਹਿਲਾਂ ਸਾਡੇ ਚੈਨਲ ਦੇ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਪਹਿਲਾਂ ਤਾਂ ਜੀ ਰੰਗ ਪੰਜਾਬ ਚੈਨਲ ਦਾ ਧੰਨਵਾਦ ਕਰਦੇ ਹਾਂ, ਅਤੇ ਬਾਕੀ ਜੋ ਦਰਸ਼ਕ ਉਹਨਾਂ ਨੂੰ ਦੇਖ ਰਹੇ ਨੇ ਉਹ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਵੇਂ ਚੈਨਲ ਨੂੰ ਦੇਖ ਰਹੇ ਨੇ, ਬਾਕੀ ਜੋ ਚੈਨਲ ਵਾਲੇ ਮੇਰੇ ਘਰ ਤੱਕ ਇੰਟਰਵਿਊ ਲੈਣ ਪਹੁੰਚੇ ਨੇ, ਪੁਰਾਣੇ ਖਿਡਾਰੀਆਂ ਵਾਸਤੇ ਉਪਰਾਲਾ ਕੀਤਾ ਇਹਨਾਂ ਨੇ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜੀ ਵੱਲੋਂ ਜੀ। ਅਤੇ ਅਮਰੀਕ ਬਾਈ, ਸਭ ਤੋਂ ਪਹਿਲਾਂ ਤਾਂ ਤੁਸੀਂ ਸਾਨੂੰ ਇਹੀ ਦੱਸੋ ਕਿ ਤੁਹਾਡਾ ਨਾਮ ਜਿਹੜਾ ਹੈਗਾ ਅਮਰੀਕ ਸਿੰਘ, ਅਤੇ ਤੁਹਾਨੂੰ ਡੀਜ਼ਲ ਕਿਉਂ ਕਹਿੰਦੇ ਨੇ? ਇਹ ਸਭ ਤੋਂ ਪਹਿਲਾਂ ਸ਼ੁਰੂ ਦੇ ਵਿੱਚ ਜੀ, ਅਸੀਂ ਇੱਥੇ ਸਕੂਲ ਹੈਗਾ, ਹੁਣ ਮਿਡਲ ਸਕੂਲ ਆ, ਪ੍ਰਾਇਮਰੀ ਹੁੰਦਾ ਸੀ, ਉਹਦੇ ਵਿੱਚ ਗਰਾਊਂਡ 'ਚ ਪ੍ਰੈਕਟਿਸ ਕਰਦੇ ਹੁੰਦੇ ਜੀ। ਹਾਂਜੀ, ਗਰਾਊਂਡ ਪ੍ਰੈਕਟਿਸ ਕਰਦਿਆਂ ਤੋਂ ਗੇਮ ਖੇਡਦੇ ਮੈਂ ਰੇਡ ਪਾਉਣ ਗਿਆ, ਉੱਥੇ ਮੇਰਾ ਭਰਾ ਬੈਠਾ ਹੁੰਦਾ ਸੀ ਛੋਟਾ ਕੋਲੇ, ਅਤੇ ਜਦ ਮੈਂ ਉਹ ਮੇਰੇ ਹੱਥ ਲਾ ਕੇ ਜਾਫੀ ਨੂੰ ਬੈਗ ਭੱਜਣ ਲੱਗਿਆ ਤਾਂ ਉਹ ਬੈਠਾ ਕਹਿੰਦਾ ਹੁਣ ਕੀ ਦੇਖਦਾ, ਖੁੱਲ੍ਹ ਜਾ ਪੀਟਰ ਦੀ ਰੇਸ ਵਾਂਗੂ। ਦੋ ਬੰਦੇ ਪਿੰਡ ਦੇ ਹੋਰ ਬੈਠੇ ਅਤੇ ਉਹ ਕਹਿੰਦੇ ਪੀਟਰ ਦੀ ਰੇਸ ਵਾਂਗੂ, ਉਹਨੇ ਡੀਜ਼ਲ ਇੰਜਣ ਵਾਂਗੂ ਜੀ। ਅਤੇ ਉਸ ਦਿਨ ਤੋਂ ਪਿੰਡ ਦੇ ਵਿੱਚ ਵੀ ਬਾਹਰ ਇਲਾਕੇ 'ਚ ਵੀ ਨੌਂ ਵੱਧਦਾ ਵੱਧਦਾ ਡੀਜ਼ਲ ਦੇ ਨੌਂ 'ਤੇ ਓਪਨ ਹੁੰਦਾ ਗਿਆ, ਅਮਰੀਕ ਨੂੰ ਘੱਟ ਅਤੇ ਲੋਕ ਡੀਜ਼ਲ ਨੂੰ ਵੱਧ ਜਾਣ ਲੱਗ ਗਏ। ਅਮਰੀਕ ਡੀਜ਼ਲ ਡੀਜ਼ਲ ਦੇ ਨਾਂ 'ਤੇ ਕਿਸੇ ਏਰੀਏ 'ਚ ਜਾ ਕੇ ਡੀਜ਼ਲ ਦੇ ਨਾਂ 'ਚ ਚੱਲਦਾ ਰਿਹਾ ਜੀ। ਮੈਂ ਤੁਸੀਂ ਬਹਿ ਕੇ ਭੱਜੇ ਉਦੋਂ? ਬਹਿ ਕੇ ਜ਼ਿਆਦਾ ਭੱਜਦਾ ਸੀ, ਜਾਂ ਬਾਕੀ ਸਿੱਧਾ ਸਪਰਿੰਟ ਲਾਉਣ ਦੀ ਘੱਟ ਕੋਸ਼ਿਸ਼ ਕਰਦਾ ਸੀ, ਬਹਿ ਕੇ ਜ਼ਿਆਦਾ ਆ ਰਿਹਾ ਜੀ। ਅਤੇ ਬਾਈ, ਤੁਸੀਂ ਫਿਰ ਕਦੋਂ ਤੋਂ ਕਦੋਂ ਤੱਕ ਕਿੰਨੇ ਸਾਲ ਕਬੱਡੀ ਖੇਡੀ? ਮੈਂ ਤਕਰੀਬਨ 1987 ਦੇ ਵਿੱਚ ਲੱਗ ਗਿਆ ਸੀਗਾ, 40 ਕਿੱਲੋ ਤੋਂ ਸਟਾਰਟਿੰਗ ਕੀਤੀ। ਸਟਾਰਟਿੰਗ ਕਰਨ ਵੇਲੇ ਵੀ ਬਹੁਤ ਮੁਸ਼ਕਲ ਆਈਆਂ, ਬਹੁਤ ਜਾਣੀ ਤੰਗੀ ਦੇ ਵਿੱਚੋਂ ਸ਼ੁਰੂਆਤ ਕੀਤੀ ਜੀ। ਵੱਡਾ ਭਰਾ ਸੀਗਾ ਇੱਕ, ਅੱਜ ਕੱਲ੍ਹ ਉਹ ਬਿਜਲੀ ਬੋਰਡ 'ਚ ਜਾਈ ਹੈ, ਅਤੇ ਉਹ ਅਮਰੋਹ 35 ਕਿੱਲੋ ਦਾ ਮੈਚ ਖੇਡਣ ਗਿਆ, ਪਹਿਲੇ ਦਿਨ ਉਹਦੀ ਲੱਤ ਟੁੱਟ ਗਈ ਜੀ। ਜਦ ਕੋਈ ਆਪਰੇਸ਼ਨ ਵਗੈਰਾ ਵਾਲੇ ਸਿਸਟਮ ਘੱਟ ਸੀਗੇ, ਉਹਦੀ ਤਕਲੀਫ ਦੇਖ ਕੇ ਉਦੋਂ ਬਾਅਦ ਘਰਦਿਆਂ ਨੇ ਜਾਂ ਮੈਂ ਖੇਡਣੀ ਸ਼ੁਰੂ ਕਰੀ। ਹਾਂਜੀ, ਤਾਂ ਬਹੁਤ ਤਰ੍ਹਾਂ ਦੀ ਪਾਬੰਦੀ ਮੇਰੇ 'ਤੇ ਲਾਈ, ਇਹ ਸੱਟ ਲੱਗਣੀ, ਆਹ ਲੱਗਣੀ, ਅਤੇ ਉਦੋਂ ਬਾਅਦ ਪਿੰਡ ਦੇ ਖਿਡਾਰੀ ਜੋ ਸਾਡੇ ਖੇਡ ਰਹੇ ਤੇ ਪੁਰਾਣੇ ਖਿਡਾਰੀ 5-6 ਸੀਗੇ, ਇਹ ਗੁਰਜੰਟ ਸਿੰਘ, ਦਲਬਾਰਾ ਸਿੰਘ, ਹਾਂਜੀ, ਬਲਜੀਤ ਸਿੰਘ, ਹਜ਼ਾਰ ਸਿੰਘ, ਗੁਰਚਰਨ ਸਿੰਘ ਮਾਸਟਰ, ਅਤੇ ਜੈਵ ਸਿੰਘ, ਜੰਗ ਸਿੰਘ, ਉਹਨਾਂ ਨੂੰ ਦੇਖ ਕੇ ਉਹਨਾਂ ਨੇ ਹੱਲਾਸ਼ੇਰੀ ਦਿੱਤੀ ਵੀ ਕੁਛ ਨਹੀਂ ਹੁੰਦਾ, ਤੂੰ ਖੇਡਿਆ ਕਰ। ਉਦੋਂ ਬਾਅਦ ਮੈਂ ਪ੍ਰੈਕਟਿਸ ਕਰਨੀ, ਪਹਿਲਾਂ ਕੰਮ ਕਰਾਉਣਾ ਘਰਦਿਆਂ ਨਾਲ ਜੀ, ਮੂੰਗਫਲੀ ਵਗੈਰਾ ਗੁੱਡਣੀ, ਤਾਂ ਉੱਥੇ ਕੈਰੇ 'ਚ ਖੁਰਪਾ ਛੱਡ ਕੇ ਮੈਂ ਸ਼ਾਮ ਨੂੰ ਆ ਕੇ ਜੀ, ਨਹਿਰ ਦੇ ਲਾਗੇ ਗਰਾਊਂਡ ਸੀਗਾ, ਉੱਥੇ ਆ ਕੇ ਮੈਂ ਸ਼ਾਮ ਨੂੰ 6:30 ਵਜੇ ਤੋਂ ਪ੍ਰੈਕਟਿਸ ਕਰਨ ਲੱਗਣਾ ਦੂਜੇ ਬੰਦੇ ਨਾਲ ਗਰਾਊਂਡ ਪ੍ਰੈਕਟਿਸ। ਸਵੇਰੇ ਉੱਠ ਕੇ ਉਦੋਂ ਸ਼ੁਰੂ ਕਰਨੀ ਮੈਂ ਆਪਦੇ ਘਰੋਂ ਜੀ, ਥੋੜ੍ਹੀ ਘਣੀ ਕਰਨੀ, ਉਦੋਂ ਬਾਅਦ 40 ਕਿੱਲੋ ਤੋਂ ਸਟਾਰਟਿੰਗ ਕਰਨਾ ਗਿਆ ਸੀ, ਪਹਿਲਾ ਮੈਚ ਜਿੱਤੇ। ਹਾਂਜੀ, ਉੱਥੇ ਵੀ ਸਾਨੂੰ ਜੱਗ ਮਿਲੇ ਬ੍ਰਾਹਮਣ ਮਾਜਰੀ ਦੇ ਮੈਚ ਜੀ। ਫਿਰ ਉਦੋਂ ਸਾਡੇ ਲਾਗੇ ਬਾਬਰਪੁਰ ਮੈਚ ਆ ਗਏ, ਉਦੋਂ 6 ਮਹੀਨੇ ਬਾਅਦ ਉੱਥੇ ਅਸੀਂ 50 ਕਿੱਲੋ ਦਾ ਮੈਚ ਖੇਡੇ ਜੀ। ਇਹਦੀ ਗੱਲਬਾਤ ਜਿਹੜੀ ਨਾਭਾ, ਇਹਦੀ ਟੀਮ ਸੀ ਜੀ, ਰਵਦਮਨ ਕੌਲ ਨਾਭਾ ਦੀ। ਹਾਂਜੀ ਹਾਂਜੀ, ਅਤੇ ਉਹ ਅਸੀਂ ਬਹੁਤ ਬੁਰੀ ਤਰ੍ਹਾਂ ਹਰਾਈ ਜੀ। ਉਦੋਂ ਬਾਅਦ ਘਰਦਿਆਂ ਨੇ, ਚਾਚਾ ਜੀ ਹੈਗੇ, ਬਾਪੂ ਜੀ, ਅਤੇ ਉਹਨਾਂ ਨੇ ਸਪੋਰਟ ਦਿੱਤੀ ਜੀ, ਕਹਿੰਦੇ ਵੀ ਹੁਣ ਇਹ ਹੱਟਦਾ ਹੈ ਨਹੀਂ, ਆਪਾਂ ਇਹਨੂੰ ਕੁਛ ਟਾਈਮ ਸਾਧਰੇ ਛੱਡਣ, ਮੈਂ 2 ਘੰਟੇ ਪਹਿਲਾਂ ਛੱਡਣ ਲੱਗ ਗਏ ਪ੍ਰੈਕਟਿਸ ਵਾਸਤੇ ਜੀ। ਫਿਰ ਪ੍ਰੈਕਟਿਸ ਕਰਦੇ ਰਹੇ ਸਾਡੀ ਤਕਰੀਬਨ ਗਰਾਊਂਡ ਦੀ ਪ੍ਰੈਕਟਿਸ, ਜਿਉਂ ਰੂਟੀਨ ਵਧੀ ਗਈ ਆਪਣੇ ਗਰਾਊਂਡ ਦੀ ਪ੍ਰੈਕਟਿਸ ਵਧੀ ਗਈ ਵਧੀ ਗਈ, 50-55 ਕਿੱਲੋ ਖੇਡਣ ਲੱਗ ਗਏ ਸੀ, 57 ਕਿੱਲੋ ਦੇ ਵਿੱਚੋਂ ਸਾਨੂੰ ਓਪਨ ਦੇ ਮੈਚ, ਜਿਵੇਂ 100 ਮੈਚ ਕਹਿ ਲਓ, ਲਾ ਲਓ ਓਪਨ ਦੇ ਮੈਚ ਹੁੰਦੇ ਤੇ, ਹਾਂਜੀ ਹਾਂਜੀ, 1 ਮਿੰਟ ਓਪਨ ਦੇ, ਉਹਨਾਂ ਦੇ ਵਿੱਚ ਐਂਟਰੀ ਕਰਾਉਣ ਲੱਗ ਗਏ ਜੀ। 57 ਤੋਂ 57 ਕਿੱਲੋ ਵੇਟ ਤੋਂ ਲਾ ਸ਼ੁਰੂ ਕਰਕੇ 57-62 ਵੀ ਅਸੀਂ ਖੇਡਣੀ, ਅਤੇ ਓਪਨ ਦੇ ਮੈਚ ਵੀ ਜੀ ਰੇਡਾਂ ਪਾਉਣੀਆਂ। ਜਦੋਂ 62 ਕਿੱਲੋ ਹੋ ਗਿਆ ਫਿਰ ਓਪਨ ਦੇ ਵਿੱਚ, ਆਲ ਓਪਨ ਦੇ ਵਿੱਚ 62 ਕਿੱਲੋ ਮੈਚ ਤੋਂ ਵਜਨ ਤੋਂ ਜੀ, ਉਦੋਂ ਸਟਾਰਟਿੰਗ ਹੋ ਗਈ ਜੀ, 1 ਪਿੰਡ ਓਪਨ ਦੇ, ਆਲ ਓਪਨ ਦੇ। ਅਤੇ ਓਪਨ ਦੀ ਫਿਰ ਕਦੋਂ ਸ਼ੁਰੂਆਤ ਹੋਈ ਅਤੇ ਕਿਹੜੀਆਂ ਟੀਮਾਂ ਵੱਲੋਂ ਖੇਡੇ ਤੁਸੀਂ? ਓਪਨ ਦੀ ਸ਼ੁਰੂਆਤ ਕੀਤੀ ਅਸੀਂ ਪਹਿਲੇ ਜਾ ਕੇ 85 ਦੇ ਵਿੱਚ, ਹੁਣ ਤਾਂ ਉਦੋਂ ਪਹਿਲਾਂ ਖੇਡਦੇ ਸੀਗੇ, ਜਾਣੀ ਫਿਰ ਓਪਨ ਕਲੀਅਰ ਹੋ ਗਿਆ, ਉਹ 62 ਤੋਂ ਵੇਟ ਵੱਧ ਕੇ ਓਪਨ 'ਚ ਚਲਿਆ ਗਿਆ, ਓਪਨ 85 'ਚ ਅਸੀਂ ਕਰੀ, 86 ਦੇ ਵਿੱਚ ਅਸੀਂ ਗਰੁੱਪ ਬਣਾ ਲਿਆ ਭੜੋ ਦਾ ਜੀ,
ਹਰਜਿੰਦਰ ਸਿੰਘ ਦਿੰਦਰਾ, ਗੁਰਦੀਪ ਦੀਪਾ, ਹਾਂਜੀ ਦਰਸ਼ਨ ਦਾਸੀ, ਸੁਖਦੇਵ ਜੀ, ਜਾਣੀ ਸੱਤ ਅੱਠ ਬੰਦੇ ਸੀਗੇ ਉਹਨਾਂ ਦੇ, ਚਾਰ ਕੁ ਉਹਨਾਂ ਦੇ ਹੋ ਗਏ, ਚਾਰ ਕੁ ਅਸੀਂ ਹੋ ਗਏ, ਮੈਂ ਹੋ ਗਿਆ, ਗੁਰਚੇਤਨ ਲੀਲਾ ਹੋ ਗਿਆ ਜੀ, ਪ੍ਰੀਤਮ ਸ਼ਾਮਸਫਰ ਹੋ ਗਿਆ, ਹਾਂਜੀ ਹਾਂਜੀ, ਇੱਕ ਕਾਲਾ ਹੁੰਦਾ ਸੀ ਭਰੀ ਬਣੇ 'ਚ, ਸਾਡਾ ਗਰੁੱਪ ਬਣ ਕੇ ਅਸੀਂ ਅੱਠੇ ਬੰਦਿਆਂ ਨੇ ਗਰੁੱਪ ਬਣਾ ਕੇ ਅਸੀਂ ਖੇਡਣ ਲੱਗ ਗਏ ਭੜੋ ਵੱਲੋਂ ਜੀ, ਚਾਰ ਸਾਲ ਅਸੀਂ ਭੜੋ ਵੱਲੋਂ ਖੇਡੇ ਜੀ, ਓਪਨ ਦੇ ਆਲ ਓਪਨ ਦੇ, ਉਦੋਂ ਬਾਅਦ 'ਚ ਜਾ ਕੇ 88 ਦੇ ਵਿੱਚ, 88 ਤੋਂ ਪਹਿਲਾਂ ਅਸੀਂ 87 ਦੇ ਵਿੱਚ 86 'ਚ ਬੋਰਡ ਵੱਲੋਂ ਮੈਚ ਖੇਡੇ ਜੀ, ਕਿਤੇ ਚੈਂਪੀਅਨਸ਼ਿਪ ਵਗੈਰਾ ਜਾਂ ਬੰਗਾਲ ਇੰਡੀਆ ਹੁੰਦੀ ਆ ਉਹਦੇ ਵਿੱਚ ਖੇਡੇ, ਕਿਹੜੇ ਬੋਰਡ ਵੱਲੋਂ ਜੀ, ਬਿਜਲੀ ਬੋਰਡ ਵੱਲੋਂ ਭਾਗ ਲਿਆ, ਹਾਂਜੀ, ਅਤੇ ਉੱਥੇ ਜੋ ਵੀ ਜੂਨੀਅਰ ਅਫਸਰ ਸੀਨੀਅਰ ਅਫਸਰ ਬਿਜਲੀ ਬੋਰਡ ਦਾ ਆਉਂਦਾ ਸੀਗਾ ਦੇਖਣ, ਉਸ ਬਾਅਦ ਉਹਨਾਂ ਨੇ ਗੇਮ ਦੇਖ ਕੇ ਜੀ, ਫਿਰ ਉਹਨਾਂ ਨੇ ਬੋਰਡ ਦੇ ਵਿੱਚ ਮੰਗ ਕਰੀ ਵੀ ਜੇ ਇਹ ਖਿਡਾਰੀਆਂ 'ਚੋਂ ਕਿਸੇ ਨੇ ਬਿਜਲੀ ਬੋਰਡ ਦੇ ਵਿੱਚ ਰਹਿਣਾ, ਤਾਂ ਉਹ ਤੋਂ ਬਾਅਦ ਪ੍ਰੀਤਮ ਭਲਵਾਨ ਨੇ, ਇਹ ਪਹਿਲਾਂ ਦਾ ਭਰਤੀ ਹੋਇਆ ਸੀ ਜੀ, ਇਹਨੇ ਜਾ ਕੇ ਉੱਥੇ ਮੇਰਾ ਨਾਮ ਰੱਖਿਆ ਜੀ, ਦਰਜ ਕਰਾਤਾ ਤਾ, ਰੱਖਤਾ ਵੀ ਇਹ ਬੰਦੇ ਨੂੰ ਜ਼ਰੂਰਤ ਇਹਨੂੰ ਕਰਿਆ ਜਾਵੇ ਜੀ, ਉਦੋਂ ਬਾਅਦ ਟਰਾਇਲ ਟਰੂਲ ਹੋ ਗਏ, ਟਰਾਇਲਾਂ ਤੋਂ ਬਾਅਦ ਬਿਜਲੀ ਬੋਰਡ ਦੇ ਵਿੱਚ ਮੈਂ 1988 ਦੇ ਵਿੱਚ ਨਵੰਬਰ 88 ਨੂੰ ਜੁਆਇਨਿੰਗ ਕਰ ਗਿਆ ਜੀ, ਨਾਭੇ ਆ ਕੇ ਜੀ, ਕਬੱਡੀ ਕਰਕੇ ਤੁਸੀਂ ਕਬੱਡੀ ਬੋਰਡ ਦੇ ਵਿੱਚ, ਕਬੱਡੀ ਕਾਰਨ ਬਿਜਲੀ ਬੋਰਡ ਦੇ ਵਿੱਚ ਭਰਤੀ ਹੋਈ, ਅਤੇ ਬਿਜਲੀ ਬੋਰਡ ਦੀ ਟੀਮ ਵੱਲੋਂ ਤੁਸੀਂ ਕਬੱਡੀ ਖੇਡੇ ਬਾਅਦ 'ਚ, ਬਿਜਲੀ ਬੋਰਡ ਦੇ ਵੱਲੋਂ ਖੇਡਿਆ ਜੀ, ਦੋ ਕੁ ਵਾਰੀ ਇੰਟਰ ਬੋਰਡ ਵੀ ਖੇਡਿਆ, ਬਾਕੀ ਸਾਡੇ ਜ਼ੋਨ ਦੇ ਬਠਿੰਡੇ ਹੁੰਦੇ ਸੀ ਮੈਚ, ਉਹ ਖੇਡਦੇ, ਬਾਕੀ ਪੰਜਾਬ ਸਰਕਲ ਸਰਕਲ ਸਟਾਈਲ ਦੇ ਮੈਚ ਹੁੰਦੇ ਸੀਗੇ, ਉਹ ਖੇਡਦੇ ਰਹੇ ਜੀ, ਬਾਕੀ ਅਸੀਂ ਜਿਹੜੇ ਪੇਂਡੂ ਮੈਚ ਹੂੰ 100 ਮੈਚ ਜਾਂ ਕਲੱਬਾਂ ਦੇ ਮੈਚ ਹੁੰਦੇ ਅਤੇ ਉਹ ਅਸੀਂ ਉਹ ਸਾਡੀ ਰੂਟੀਨ ਨਾਲ ਖੇਡਦੇ ਰਹੇ ਪਿੰਡ ਵੱਲੋਂ ਵੀ ਅਤੇ ਕਲੱਬਾਂ ਵੱਲੋਂ ਵੀ ਜੀ, ਅਤੇ ਬਿਜਲੀ ਬੋਰਡ ਦੇ ਤੁਹਾਡੇ ਨਾਲ ਖਿਡਾਰੀ ਕਿਹੜੇ ਸੀ? ਬਿਜਲੀ ਬੋਰਡ ਦੇ ਵੱਲੋਂ ਸਾਡੇ ਖਿਡਾਰੀ ਇਹ ਭੀਮੇ, ਭਿੰਦਰ, ਅੰਗਰੇਜ਼ ਹੋਣੀ, ਇਹ ਸਭ ਤੋਂ ਥੋੜ੍ਹੇ ਜਿਹੇ ਬਾਅਦ 'ਚ ਆਏ ਨੇ, ਮਿੱਟੂ ਹੋਣੀ ਪਹਿਲਾਂ ਤਕਰੀਬਨ ਹੁੰਦੇ ਤੇ ਮੰਗੀ, ਨੇਕੀ, ਕਪੂਰਥਲੇ ਵਾਲੇ, ਹਾਂਜੀ ਹਾਂਜੀ, ਜਰਨੈਲ ਸਿੰਘ ਗਿਆਨੀ, ਹਾਂਜੀ, ਅਤੇ ਬਾਕੀ ਪ੍ਰੀਤਮ, ਹਰਜਿੰਦਰ, ਹਾਂਜੀ, ਗੁਰਚੇਤਨ ਸਿੰਘ ਲੀਲਾ ਜੀ, ਅਤੇ ਮੈਂ ਹੋ ਗਿਆ, ਹਾਂਜੀ ਹਾਂਜੀ, ਬੀਪੁਰ ਦਾ ਇੱਕ ਬੀਪੁਰ ਭੋਲਾ ਹੁੰਦਾ ਸੀ ਜੀ, ਇਹ ਪਹਿਲੇ ਜਿਹੜੇ ਪੁਰਾਣੇ ਖਿਡਾਰੀ ਬਲਜੀਤ ਗੋਲੇ ਵਰਗੇ, ਇੱਕ ਹਾਂਜੀ ਇਹਨਾਂ ਦੇ ਜਾਣੀ ਇਹ ਟੀਮ 'ਚ ਪਹਿਲੇ ਸੀਗੇ ਜੀ, ਉਦੋਂ ਬਾਅਦ ਇਹ ਭੀਮੇ, ਭਿੰਦਰ ਹੋਣੀ ਆ ਗਏ, ਜਗਤਾਰ ਧਨੌਲਾ, ਹਾਂਜੀ ਹਾਂਜੀ, ਇਹ ਸਾਰੇ ਆ ਗਏ, ਫਿਰ ਇਹਨਾਂ ਨਾਲ ਵੀ ਅਸੀਂ ਖੇਡਾਂ, ਅਤੇ ਇਹਨਾਂ ਤੋਂ ਵਿਰੁੱਧ ਵੀ ਸਾਡੇ ਮੈਚ ਲੱਗਦੇ ਰਹੇ ਜੀ, ਅਤੇ ਫਿਰ ਹੋਰ ਤੁਸੀਂ ਕੋਈ ਚੈਂਪੀਅਨਸ਼ਿਪ ਵਗੈਰਾ ਜਾਂ ਹੋਰ ਕਿਹੜੀਆਂ ਟੀਮਾਂ ਵੱਲੋਂ ਖੇਡੇ ਵੀ? ਚੈਂਪੀਅਨਸ਼ਿਪ ਅਸੀਂ ਪੰਜਾਬ ਵੱਲੋਂ ਵੀ ਖੇਡੇ, ਅਤੇ ਬਾਕੀ ਹੋਰ ਜਿਵੇਂ ਹਿਮਾਚਲ, ਹਰਿਆਣਾ, ਕਈ ਵਾਰੀ ਟੀਮਾਂ ਕਿਸੇ ਨਹੀਂ ਬਣਦੀਆਂ, ਇੱਕ ਵਾਰੀ ਦਿੱਲੀ ਵੱਲੋਂ ਵੀ ਖੇਡੇ ਜੀ, ਲੁਧਿਆਣੇ ਹੋਈ ਸੀਗੀ, ਦਿੱਲੀ ਵੱਲੋਂ ਵੀ ਖੇਡੇ, ਇੱਕ ਵੱਖ ਵੱਖ ਟੀਮਾਂ ਵੱਲੋਂ ਜਾਣੀ ਸੀ, ਤਕਰੀਬਨ ਸਾਰਿਆਂ ਵੱਲੋਂ ਖੇਡਿਆ ਜੀ। ਅਤੇ ਜਦੋਂ ਤੁਸੀਂ ਬਤੌਰ ਰੇਡਰ ਖੇਡਦੇ ਸੀ, ਅਤੇ ਜਦੋਂ ਤੁਸੀਂ ਰੇਡ ਪਾਉਣ ਤੁਰਦੇ ਸੀ, ਤਾਂ ਤੁਹਾਡੇ ਦਿਮਾਗ ਦੇ ਵਿੱਚ ਕੀ ਚੱਲਦਾ ਸੀ? ਸਾਹਮਣੇ ਜਾਫੀ ਕਿਹੜੇ ਕਿਹੜੇ ਖੜ੍ਹੇ ਹੁੰਦੇ, ਜਾਂ ਤੁਹਾਡੇ ਮਨ ਦੇ ਵਿੱਚ ਕੋਈ ਤਹਿਕ ਜਾਂ ਡਰ ਜਾਂ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਤੁਹਾਡੇ? ਜਦੋਂ ਰੇਡ ਪਾਉਣ ਚੱਲਦੇ ਸੀਗੇ ਜੀ ਪਲੇ ਤੋਂ, ਤਾਂ ਇਹੀ ਸੋਚ ਕੇ ਚੱਲਦੇ ਸੀਗੇ ਵੀ ਜਿਹੜਾ ਮੇਨ ਜਾਫੀ ਹੈ ਜੀ, ਜੇ ਆਪਾਂ ਉਹਨੂੰ ਜਾਣ ਸਾਰ ਆਪਾਂ ਉਹਨੂੰ ਟੱਚ ਕਰਾਂਗੇ, ਤਾਂ ਆਪਾਂ ਸਕਾਲਾ ਪੁਆਇੰਟ ਲਵਾਂਗੇ ਜੀ, ਜੇ ਆਪਾਂ ਉਹ ਰੇਡਾਂ ਜਾਫੀ ਤੋਂ ਬਚ ਕੇ ਰੇਡ ਪਾਵਾਂਗੇ, ਸਾਈਡ ਲਵਾਂਗੇ, ਤਾਂ ਉਹਨੇ ਆਪਦੇ ਪੈਰੀਂ ਪੱਕਾ ਹੋ ਕੇ ਲੱਗਣਾ, ਜੇ ਆਪਾਂ ਆਪ ਟੱਚ ਕਰਾਂਗੇ ਜੀ, ਤਾਂ ਉਹ ਜਾਫੀ ਨੇ ਮਾੜਾ ਮੋਟਾ ਪਿੱਛੇ ਹਟਣਾ, ਤਾਂ ਉਹਨੂੰ ਆਪਾਂ ਟੱਚ ਲਾ ਕੇ ਸਕਾਲੇ ਆ ਸਕਦੇ ਵੀ, ਮਤਲਬ ਜਿਹੜਾ ਤਕੜਾ ਜਾਫੀ ਉਹਨੂੰ ਮੌਕਾ ਨਾ ਦਿਓ, ਉਹਨੂੰ ਮੌਕਾ ਨਾ ਦਿਓ, ਟੱਚ ਕਰੋ, ਜੇ ਉਹਨੂੰ ਟੱਚ ਕਰਾਂਗੇ ਤਾਂ ਉਹ ਜਾਫੀ 'ਤੇ ਆਪਣਾ ਅਸਰ ਰਹੂਗਾ, ਜੇ ਆਪਾਂ ਤੋਂ ਬਚਣ ਲੱਗਾਂਗੇ ਤਾਂ ਉਹ ਜਾਫੀ ਨੇ ਕਹਿਣਾ ਵੀ ਰੇਡਰ ਮੇਰੇ ਤੋਂ ਬਚਦਾ। ਬਿਲਕੁਲ ਜੀ ਬਿਲਕੁਲ। ਅਤੇ ਬਾਈ ਤੁਸੀਂ ਫਿਰ ਬਾਹਰਲੇ ਮੁਲਕ ਵੀ ਖੇਡੋ ਕਬੱਡੀ? ਬਾਹਰਲੇ ਟੂਰ ਲੱਗ ਜਾਂਦਾ ਜੀ ਉਸੇ ਇੱਕ ਸਾਲ ਦੇ ਵਿੱਚ, ਅਤੇ ਉਹ ਤੋਂ ਪਹਿਲਾਂ ਨਾ ਮੇਰੇ ਗੋਡੇ ਦੇ ਲਿਗਾਮੈਂਟ ਟੁੱਟ ਗਏ ਜੀ, ਬਾਰਸ ਪੈ ਕੇ ਗਰਾਊਂਡ ਗਿੱਲਾ ਸੀਗਾ, ਪੈਰ ਨੀਚੇ ਦੱਬ ਗਿਆ ਜੀ, ਉੱਪਰੋਂ ਵੱਜਣਾ ਉਹਨਾਂ ਦੇ ਲਿਗਾਮੈਂਟ ਟੁੱਟ ਗਏ, ਇਹਦਾ ਪਹਿਲਾਂ ਆਪਰੇਸ਼ਨ ਕਰਾਇਆ ਇੱਕ, ਦੁਬਾਰਾ ਫੇਰ ਨਹੀਂ ਠੀਕਾ, ਫਿਰ ਲੁਧਿਆਣੇ ਦੁਬਾਰਾ ਫੇਰ ਕਰਾਇਆ ਜੀ, ਉਹ ਤੋਂ ਬਾਅਦ ਜਾਣੀ ਪੂਰਾ ਇਹਨੇ ਕਵਰੇਜ ਕਰੀ ਨਹੀਂ ਗੋਡੇ ਨੇ ਜੀ, ਹਾਂਜੀ, ਫਿਰ ਉਦੋਂ ਬਾਅਦ ਗੇਮ ਪੂਰਾ ਸਾਥ ਨਹੀਂ ਦਿੱਤਾ ਗੋਡੇ ਨੇ, ਤਾਂ ਕਰਕੇ ਬਾਹਰਲਾ ਟੂਰ ਰਹਿ ਗਿਆ, ਤਾਂ ਰਹਿ ਗਿਆ ਤੁਹਾਡਾ ਬਾਹਰਲਾ ਟੂਰ ਜੀ। ਅਤੇ ਬਾਈ ਤੁਹਾਡੇ ਕੁਛ ਮੈਚ ਅਭੁੱਲ ਮੈਚ ਜਿਹਨੂੰ ਕਹਿ ਰਹੀਏ, ਜਿਹਦੇ ਵਿੱਚ ਤੁਸੀਂ ਬੈਸਟ ਰੇਡਰ ਵੀ ਬਣੇ ਹੋ, ਤੁਹਾਡਾ ਪਰਫੋਰਮੈਂਸ ਜਿਹੜੀ ਵਧੀਆ ਰਹੀ ਹੋਵੇ, ਅਤੇ ਇੱਕ ਡੀਜ਼ਲ ਦਾ ਨਾਂ ਵੀ ਪੂਰਾ ਗੂੰਜਿਆ ਹੋਵੇ, ਇੱਦਾਂ ਦੇ ਜਿਹੜੇ ਕੁਝ 5-7 ਮੈਚ ਨੇ ਉਹ ਵੀ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੇ ਕਰੋਗੇ?
ਉਦੋਂ ਜੀ ਇੱਕ ਨਾਲੇ ਮੈਚ ਤਕਰੀਬਨ ਮੈਚ ਮੇਰੇ ਜ਼ਿਆਦਾ ਦਿਲਚਸਪੇ ਹੁੰਦੇ ਸੀਗੇ ਸਾਰੇ, ਜਿਵੇਂ ਹੁਣ ਅੱਜ ਦੇ ਟਾਈਮ 'ਚ ਕਹਿੰਦੇ ਬੈਸਟ ਰੇਡਰ ਕੱਢ ਲਿਆ ਤਾਂ ਉਹ ਟਾਈਮ ਦੇ ਵਿੱਚ ਅਸੀਂ ਪਿੰਡ ਵੱਲੋਂ ਵੀ ਜਦੋਂ ਖੇਡਣੇ ਦੋ ਰੇਡਰ ਹੁੰਦੇ ਤੇ ਜਾਂ ਤਿੰਨ ਤਾਂ ਕਿਸੇ ਦੀ ਹੁੰਦੇ ਨਹੀਂ, ਦੋ ਹੁੰਦੇ ਸੀਗੇ ਜੀ, ਦੋ ਦੇ ਵਿੱਚ ਟਰਨ ਬਾਈ ਟਰਨ ਰੇਡ ਪੈਣੀ, ਚਾਹੇ ਵੀਹ ਪੰਜ ਵੀਹ ਦਾ ਟਾਈਮ ਹੈ, ਹਾਂਜੀ ਚਾਹੇ ਕਿੰਨਾ ਟਾਈਮ ਹੈ, ਅਸੀਂ ਦੋਹਾਂ ਦੋ ਰੇਡਰਾਂ ਨੇ ਵੀ ਰੇਡਾਂ ਪਾਈਆਂ, ਕਈ ਵਾਰੀ ਵੀਹ ਪੰਜ ਵੀਹ ਟਾਈਮ ਦੇ ਵਿੱਚ ਇਕੱਲੇ ਰੇਡਰ ਨੇ ਵੀ ਰੇਡਾਂ ਪਾਈਆਂ ਜੀ। ਤੁਹਾਡੇ ਨਾਲ ਰੇਡਰ ਕਿਹੜਾ ਹੁੰਦਾ ਸੀ? ਮੇਰੇ ਨਾਲ ਪ੍ਰੀਤਮ ਹੁੰਦਾ ਤੀ ਸੰਸਪਰ ਜੀ, ਅਤੇ ਬਾਕੀ ਇਹ ਭੜੋ ਦਾ ਹੁੰਦਾ ਤੀ ਕ੍ਰੇਡਰ ਦਰਸ਼ਨ ਜੀ, ਅਤੇ ਬਾਕੀ ਹੋਰ ਜਿਵੇਂ ਲਾ ਲਓ ਕਈ ਵਾਰੀ ਇੱਕ ਅੱਧਾ ਕਿਸੇ ਵਾਰੀ ਚੇਂਜ ਵੀ ਹੋ ਜਾਂਦਾ ਸੀ, ਕਿਸੇ ਨੂੰ ਕੋਈ ਕੰਮ ਘਰੇਲੂ ਨਿਕਲਿਆ ਨਾ ਪਹੁੰਚ ਸਕਿਆ, ਹਾਂਜੀ ਹਾਂਜੀ ਕਈ ਵਾਰੀ ਅਸੀਂ ਤਿੰਨ ਓਪਨ ਤਾਂ ਮੈਚ ਤਿੰਨ ਬੰਦਿਆਂ ਨੇ ਵੀ ਲਾਇਆ, ਦੋ ਜਾਫੀ ਸਿੰਗਲ ਰੇਡਰ ਜੀ, ਉਹ ਮੈਚ ਵੀ ਅਸੀਂ ਲਾਏ ਨੇ ਪਰ ਵਾਪਸ ਨਹੀਂ ਮੁੜੇ, ਵੀ ਅਸੀਂ ਖੇਡਣ ਤੁਰ ਪਏ ਵਾਪਸ ਮੁੜੇ, ਤਿੰਨ ਬੰਦੇ ਰਹਿ ਕੇ ਤਿੰਨ ਨੇ ਖੇਡਣਾ, ਚਾਰ ਰਹਿ ਕੇ ਚਾਰ ਨਹੀਂ ਜੀ। ਅਤੇ ਫਿਰ ਕੁਛ ਜਿਹੜੀਆਂ ਯਾਦਾਂ ਜੁੜੀਆਂ ਹੋਈਆਂ ਨੇ ਗਰਾਊਂਡਾਂ ਦੇ ਨਾਲ, ਫਿਰ ਉਹ ਵੀ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੀਆਂ ਕਰੋ ਵੀ ਕਿੱਥੇ ਕਿਵੇਂ ਦਾ ਤੁਹਾਡਾ ਮੈਚ ਰਿਹਾ? ਮੈਚ ਤਾਂ ਜੀ ਬਹੁਤ ਜਗ੍ਹਾ 'ਤੇ ਰਹੇ, ਜਿਵੇਂ ਤੁਸੀਂ ਲਾ ਲਓ ਇੱਕ ਵਾਰੀ ਅਸੀਂ ਭੱਦਲ ਵੱਟ ਬਰਨਾਲੇ ਕੋਲ ਬਾਬੇ ਭਰਥਲੇ ਰੰਧਾਵੇ ਵੱਲੋਂ ਖੇਡਣ, ਹਾਂਜੀ ਉਹ ਬੰਦਿਆਂ ਨੇ ਸਾਡੇ ਮੈਚ ਸ਼ੁਰੂ ਕਰਾਤੇ, ਅਸੀਂ ਨਹੀਂ ਉਹਨਾਂ ਨੂੰ ਪੁੱਛਿਆ ਵੀ ਸਾਡਾ ਮੈਚ ਕਿਹਦੇ ਨਾਲ ਆ, ਜਦੋਂ ਮੈਚ ਬੋਲੀ ਗਏ ਨੇ ਅਸੀਂ ਖੇਡੀ ਗਿਆ ਸੈਮੀਫਾਈਨਲ ਦੇ ਵਿੱਚ ਜਾ ਕੇ, ਮੇਰੇ ਮੂੰਹ 'ਤੇ ਤਾਂ ਸੱਟ ਲੱਗਿਆ ਬੰਦੇ ਨੇ, ਲੱਤਾਂ ਅੰਦਾਜ਼ ਮਾਰੀ ਮੈਂ ਉਹਨੂੰ ਪ੍ਰੈਸ ਮਾਰਤੀ, ਦੰਦ ਉਹਦੇ ਸਿਰ 'ਤੇ ਲੱਗਿਆ ਟੁੱਟ ਗਿਆ ਜੀ। ਉਹ ਮੈਚ ਖੇਡਣ ਤੋਂ ਬਾਅਦ ਮੂੰਹ 'ਚੋਂ ਥੋੜ੍ਹਾ ਖੂਨ ਵੀ ਚੱਲਿਆ, ਉਦੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਮੈਚ ਇੱਕ ਦੋ ਹੋਰ ਕਰਾ ਦਿਓ, ਮੈਂ ਬਰਨਾਲੇ ਜਦ ਸਾਧਨ ਘੱਟ ਦੇ ਦਵਾਈਆਂ ਦਵਾਈਆਂ ਵੀ ਬਰਨਾਲੇ ਜਾ ਕੇ ਟੀਕਾ ਲਵਾਇਆ ਬਰਨਾਲੇ ਡਾਕਟਰ 'ਤੇ, ਹਾਂਜੀ ਤਾਂ ਉਹ ਬੰਦੇ ਕਲੱਬ ਵਾਲੇ ਕਹਿੰਦੇ ਵੀ ਜਿੰਨਾ ਟੂਰਨਾਮੈਂਟ ਦੀ ਸਾਰੀਆਂ ਟੀਮਾਂ ਅਸੀਂ ਤੁਹਾਡੇ ਨਾਲ ਖਿਡਾ ਚੁੱਕੇ, ਹੁਣ ਤੁਹਾਡਾ ਮੈਚ ਹੀ ਫਾਈਨਲ ਰਹਿੰਦਾ ਜੀ। ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਸਾਡੇ ਨਾਲ ਕਿਉਂ ਸਾਰੀਆਂ ਖਿਡਾਰੀਆਂ ਟਾਂਗੀਆਂ ਨਹੀਂ ਪਾਈਆਂ, ਕਹਿੰਦੇ ਜੀ ਸਾਨੂੰ ਇਹ ਸਿਸਟਮ ਵਧੀਆ ਲੱਗਿਆ ਵੀ ਤੁਸੀਂ ਨਾ ਤਾਂ ਕਿਸੇ ਨਾਲ ਰੌਲਾ ਪਾਇਆ ਨਾ ਤੁਸੀਂ ਬੋਲਣਾ, ਬਾਕੀ ਟੀਮਾਂ ਰੌਲਾ ਪਾਉਣਗੀਆਂ, ਅਸੀਂ ਤੁਹਾਡੇ ਨਾਲ ਖਿਡਾ ਕੇ ਸਾਰੀਆਂ ਇੱਕ ਸਾਈਡ ਕਰਤੀਆਂ ਜੀ। ਉੱਥੇ ਬਰਨਾਲੇ ਦੇ ਟਰੱਕ ਜਮ੍ਹਾਂ ਜਾਂਦੇ ਪ੍ਰਧਾਨ ਨੇ 50 ਰੁਪਏ ਮੈਨੂੰ ਸਪੈਸ਼ਲ ਪ੍ਰਾਈਜ਼ ਦਿੱਤਾ ਉਹ ਟਾਈਮ 'ਚ ਜੀ, ਵੀ ਬੰਦੇ ਦੀ ਖੇਡ ਤੋਂ ਖੁਸ਼ ਹੋ ਕੇ ਦੇ ਰਿਹਾ, ਹਾਂਜੀ ਹਾਂਜੀ ਤਾਂ ਅਸੀਂ ਉਸੇ ਟਾਈਮ ਫਾਈਨਲ ਮੈਚ ਵੀ ਖੇਡ ਕੇ ਉਦੋਂ ਬਾਅਦ ਮੈਂ ਉਹ ਦੰਦਾਂ ਵਾਲੇ ਡਾਕਟਰ ਦੇ ਟੀਕਾ ਟੂਕਾ ਲਵਾ ਕੇ ਦਵਾਈ ਦਵੂਈ ਲਵਾ ਕੇ ਆਇਆ। ਕਿਹੜੇ ਸੰਨ 'ਚ ਹੋਏ ਸੀ ਯਾਦ ਹੈ ਕੁਛ? ਇਹ ਸੰਨ ਹੈਗਾ ਜੀ 87 ਦੇ ਵਿੱਚ। ਕੋਈ ਹੋਰ ਮੈਚ ਯਾਦਗਾਰ ਜੀ ਤੁਹਾਡਾ? ਇੱਕ ਵਾਰੀ ਸਾਡਾ ਜਖੇਪਲ ਪਿੰਡ ਦੇ ਵਿੱਚ ਮੈਚ ਹੋਇਆ ਜੀ, ਸਕੂਲ ਦੇ ਵਿੱਚ ਉਹ ਹਰਿਆਣੇ ਦੀ ਟੀਮ ਸੀਗੀ ਜੀ, 3 ਸਾਲ ਦੀ ਬਿਨਰ ਆ ਰਹੀ ਸੀ ਜੀ, ਅਤੇ ਸਾਡੇ ਸਾਥੀ ਹੋਰ ਨਾਲ ਨਾ ਗਏ, ਨਾਭੇ ਤੋਂ ਸੀ, ਜਦ ਕੋਈ ਗੱਡੀਆਂ ਦਾ ਜਾਂ ਮੋਟਰਸਾਈਕਲਾਂ ਦਾ ਇੰਨਾ ਸਾਧਨ ਨਹੀਂ ਸੀਗਾ, ਬਸ ਚੜ੍ਹ ਕੇ ਚਲੇ ਗਏ ਜੀ। ਤਿੰਨੇ ਅਸੀਂ ਆਪਦੇ ਪਿੰਡ ਦੇ ਬੰਦੇ, ਦੋ ਜਾਫੀ ਅਤੇ ਮੈਂ ਰੇਡਰ ਜੀ, ਸਨਾਮ ਜਾ ਕੇ ਅਸੀਂ ਜਖੇਪਲ ਨੂੰ ਵੀ ਵੱਗ ਜਖੇਪਲ ਵੀ ਪਹੁੰਚ ਗਏ, ਉੱਥੇ ਬੈਠਿਆਂ ਨੇ ਵੀ ਅਸੀਂ ਵੇਟ ਕਰੀ ਤਾਂ ਬੰਦੇ ਨਾ ਪਹੁੰਚੇ ਜੀ, ਅਸੀਂ ਤਿੰਨਾਂ ਨੇ ਐਂਟਰੀ ਕਰਾਤੀ ਜੀ ਵੀ ਵਾਪਸ ਨਹੀਂ ਮੁੜਨਾ ਖੇਡੇ ਬਿਨਾਂ। ਹਰਿਆਣੇ ਦੀ ਟੀਮ ਨਾਲ ਸਾਡਾ ਪਹਿਲਾ ਹੀ ਮੈਚ ਪੈ ਗਿਆ 20-25 ਟਾਈਮ ਦਿੱਤਾ ਜੀ, ਤਾਂ ਬਾਹਰ ਜਦ ਅਸੀਂ ਗਰਾਊਂਡ 'ਚ ਜਾ ਰਹੇ ਹਾਂ, ਸਿਆਣੇ ਬਜ਼ੁਰਗ ਬੈਠੇ ਕਰ ਰਹੇ ਨੇ ਜੀ, ਜਾਂ ਤਿੰਨ ਟੋਟਰੂ ਗਰਾਊਂਡ 'ਚ ਪੜ ਰਹੇ ਨੇ, ਉਹ ਮੰਨੀ ਪਰ ਮੰਨੀ ਟੀਮ ਇਹਨਾਂ ਨੇ ਕੀ ਕਰਨਾ ਵੀ ਕਾਸ ਨੂੰ ਉਹ ਕਰਦੇ ਨੇ ਐਡੀ ਦੂਰੋਂ ਕਹਿੰਦੇ ਨੇ ਆਏ ਨੇ। ਚਲੋ ਮੈਚ ਸ਼ੁਰੂ ਹੋ ਗਿਆ ਜੀ, ਜੀ ਜਿਹੜਾ ਉਹਨਾਂ ਦਾ ਮੇਨ ਜਾਫੀ ਸੀਗਾ ਵੀ ਬੰਦਾ ਮੁੜਨ ਨਹੀਂ ਦਿੰਦਾ, ਤਾਂ ਉਹਨੇ 15 ਮਿੰਟ ਦੇਖਿਆ ਉਦੋਂ ਜੱਫਾ ਨਾ ਕੋਈ ਲੱਗਿਆ ਜੀ, ਕੋਈ ਹਾਲਾਤ, ਉਦੋਂ ਬਾਅਦ ਉਹ ਛੱਡ ਕੇ ਜਾਫ ਲੈਣਾ ਰੇਡ ਪਾਉਣ ਆ ਗਿਆ, ਰੇਡ ਪਾਉਣ ਗਿਆ ਅਤੇ ਜਾਂਦੇ ਹੀ ਗਰਜੇਤਨ ਲੀਲੇ ਨੇ ਢਾਲਿਆ, ਦੋਵੇਂ ਜਾਫੀ ਸੀਗੇ ਇੱਕ ਜੋਰਾ ਸਿੰਘ ਦੀ, ਦੋਨਾਂ ਨੇ ਇਹਨਾਂ ਨੇ ਢਾਲਿਆ, ਤੋ 40 ਮਿੰਟ ਦੇ ਵਿੱਚ ਅਸੀਂ ਉਹਨਾਂ ਨੂੰ ਇੰਨਾ ਬੁਰੀ ਤਰ੍ਹਾਂ ਮੈਚ ਹਰਾਇਆ, ਉਹ ਪੂਰਾ ਬਾਹਰਲੀ ਲਾਈਨ ਬਾਉਂਡਰੀ ਲਾਈਨ ਛੱਡ ਕੇ ਬਾਕ ਲਾਈਨ 'ਤੇ ਆ ਖੜੇ ਜੀ ਵੀ ਇੱਥੋਂ ਉਹ ਕਰਾਂਗੇ, ਤਾਂ ਉਹਨਾਂ 'ਤੇ ਮੈਂ 40 ਮਿੰਟ ਰੇਡਾਂ ਪਾ ਗਿਆ ਜੀ, 1 ਵਜੇ ਫੈਲ ਗਏ ਇਕੱਲਾ ਕੋਈ ਜੱਫਾ ਨਹੀਂ ਜੀ। ਉਹ ਵਨ ਸਾਈਡਡ ਮੈਚ ਹਾਰਨਾ, ਜਦ ਅਸੀਂ ਬਾਹਰ ਨੂੰ ਗਰਾਊਂਡ 'ਤੇ ਆਉਂਦੇ ਹਾਂ ਤਾਂ ਉਹੀ ਬਜ਼ੁਰਗ ਇੱਕ ਦੂਜੇ ਨੂੰ ਕਰਦੇ ਨੇ, ਕਿਉਂ ਮੈਂ ਤੈਨੂੰ ਕਿਹਾ ਨਹੀਂ ਤੀ ਵੀ ਕੋਈ ਅਗਲੇ 'ਚ ਕਲਾ ਹੋਊ ਤਾਂ ਤਿੰਨ ਬੰਦੇ ਬੜੇ ਨੇ, ਵੀ ਤਿੰਨ ਬੰਦੇ ਤਾਂ ਬੜੇ ਨੇ ਵੀ ਨਹੀਂ ਆਪਾਂ ਨੇ ਉਹ ਨਹੀਂ ਦੀ ਕਰਿਆ ਵੀ ਕੋਈ ਗੱਲ ਹੈ, ਤਾਂ ਤਿੰਨ ਬੰਦੇ ਕਿਸੇ ਦਮ 'ਤੇ ਬੜੇ ਨੇ ਇਹ, ਤਾਂ ਉਦੋਂ ਬਾਅਦ ਉੱਥੇ ਬਹੁਤ ਮਾਨ ਸਨਮਾਨ ਦਿੱਤਾ ਕਲੱਬ ਵਾਲਿਆਂ ਨੇ ਵੀ ਪਬਲਿਕ ਨੇ ਵੀ ਜੀ, ਉਦੋਂ ਬਾਅਦ ਏਰੀਏ ਦੇ ਜਿਹੜੇ ਹੋਰ ਵੀ ਕਿਤੇ ਟੂਰਨਾਮੈਂਟ ਦੀ ਹਰ ਇੱਕ ਪਿੰਡੋਂ ਸੀ ਲੋਕ ਵੀ ਸਾਡੇ ਜ਼ਰੂਰ ਆਇਓ ਤੁਸੀਂ, ਬੰਦੇ ਹੋਰ ਪੂਰੇ ਲਿਆਇਓ ਵੀ ਸਾਡੇ ਪਿੰਡ ਤੁਸੀਂ ਆਉਣਾ ਜੀ,
ਸਾਡੀ ਰੁਟੀਨ ਇਹ ਸੀ ਵੀ ਜਿੱਥੇ ਪਿਆਰ ਮੁਹੱਬਤ ਮਿਲਦਾ ਸੀ ਪੈਸੇ ਦੀ ਮਗਰ ਨਹੀਂ ਗਏ ਜੀ। ਅਸੀਂ ਗਏ ਤੁਸੀਂ ਪਬਲਿਕ ਨੇ ਸਾਥ ਦਿੱਤਾ ਕਹਿਤਾ ਕੋਈ ਗਰੀਬ ਹੈ ਕੋਈ ਅਮੀਰ ਹੈ। ਅਸੀਂ ਉੱਥੇ ਪਹੁੰਚਦੇ ਤੇ ਸਾਨੂੰ ਇਹ ਨਹੀਂ ਦੇਖ ਰਿਹਾ ਵੀ ਸਾਨੂੰ ਪੈਸਾ ਚਾਹੀਦਾ ਜਾਂ ਆਹ ਚਾਹੀਦਾ ਜੀ, ਅਗਲੇ ਨੇ ਪਿਆਰ ਮੁਹੱਬਤ ਦਿੱਤਾ ਸੀ। ਬਿਲਕੁਲ ਜੀ। ਅਤੇ ਜਿਹੜਾ ਜਖੇਪਾ ਵਾਲਾ ਮੈਚ ਸੀ ਕਦੋਂ ਹੋਇਆ ਸੀ, ਕਿਹੜੇ ਸਾਲ ਦਾ ਸੀ? ਇਹ ਹੋਇਆ ਸੀ ਆਪਣੇ 86 ਦੇ ਵਿੱਚ। 86 ਦੇ ਵਿੱਚ ਜੀ। ਕੋਈ ਹੋਰ ਮੈਚ ਹੈ ਇੱਦਾਂ ਦੀ ਇੰਟਰਸਟ ਜਾਂ ਤੁਹਾਡਾ? ਇੱਕ ਮੈਚ ਤਾਂ ਕਿਹੜਾ ਇੱਕ ਵਾਰੀ ਨਿਆਲ ਕਾਲਜ ਹੋਇਆ ਜੀ, ਉੱਥੇ ਅਸੀਂ ਖੇਡਣ ਤਾਂ ਸਰਕਲ ਗਏ ਸੀਗੇ, ਨੈਸ਼ਨਲ ਟਰਾਇਲ ਦਾ ਭਰਤਾ। ਨੈਸ਼ਨਲ ਭਰਨ ਦੇ ਇਲਾਵਾ ਮੈਂ ਨੈਸ਼ਨਲ ਦਾ ਐਡਾ ਹੈ ਨਹੀਂ ਸੀਗਾ, ਘੱਟ ਖੇਡਦਾ ਸੀ। ਉੱਥੇ ਸਿੰਗਲ ਹੀ ਬੰਦਾ ਰਹਿ ਗਿਆ ਸਾਡਾ ਜੀ, ਮੈਂ ਹੀ ਰਹਿ ਗਿਆ ਇਕੱਲਾ। ਉਹ ਨਿਆਲ ਕਾਲਜ ਤੱਕ ਰੇਡਰ ਮੋਸ਼ਨ ਜੇ ਕਰਦਾ ਆਇਆ, ਸਾਰੇ ਸਾਡੇ ਮੈਂਬਰ ਸਮਝ ਲਓ ਵੀ ਆਊਟ ਹੋ ਗਏ, ਆਪਾਂ ਆਊਟ ਹੋਏ ਕਹਿੰਦੇ ਹਾਂ। ਉਦੋਂ ਬਾਅਦ ਜਦ ਉਹ ਲੱਤ ਜਿਹਾ ਹਿਲਾਉਂਦਾ, ਮੈਂ ਉਹਦੇ ਭਰੀ ਲੱਤ ਪੇ ਸਾਨੂੰ ਛੱਡ ਲਿਆ ਜੀ। ਉਦੋਂ ਬਾਅਦ ਅਸੀਂ ਉੱਠ ਕੇ ਇੱਕ ਬੰਦੇ ਤੋਂ ਦੋ ਹੋ ਗਏ, ਦੋ ਤੋਂ ਤਿੰਨ ਚਾਰ ਹੋ ਗਏ ਜੀ, ਅਸੀਂ ਉਹ ਮੈਚ ਹਰਾ ਤੇ ਨੈਸ਼ਨਲ 'ਚ। ਹਾਂ ਜੀ, ਨੈਸ਼ਨਲ ਵੀ ਹਰਾ ਤੇ ਅਤੇ ਸਰਕਲ ਤਾਂ ਸਾਡੀ ਹੈਗੀ ਉਹਦੀ ਜੀ। ਉਹ ਬੰਦਿਆਂ ਦੀ ਰਾਤ ਨੂੰ ਕਲੱਬ ਵਾਲਿਆਂ ਦੀ ਲੜਾਈ ਹੋ ਗਈ, ਦਾਰੂ ਪੀਤੀ ਕਰੀ। ਉਦੋਂ ਬਾਅਦ ਉਹ ਸ਼ਾਮ ਨੂੰ ਕਹਿੰਦੇ ਅਸੀਂ ਤਾਂ ਜੀ ਪ੍ਰਾਈਜ਼ ਕੱਲ੍ਹ ਨੂੰ ਦੇਵਾਂਗੇ ਜੀ, ਵੀ ਇੱਥੇ ਪੈ ਜਾਓ। ਨਹੀਂ, ਕਹਿੰਦੇ ਅਸੀਂ 7 ਪ੍ਰਾਈਜ਼ ਦੇਵਾਂਗੇ। ਹੈਗੇ ਕੀ ਸੀਗੇ? ਜੱਗ ਜੀ ਸਟੀਲ ਦੇ, ਪ੍ਰੀਤਮ ਭਲਵਾਨ ਸਾਰੇ ਦਿਨ ਰਿਹਾ ਨਾਲੇ 'ਤੇ। ਉਦੋਂ ਬਾਅਦ ਅਸੀਂ ਕਿਹਾ ਵੀ ਸਾਨੂੰ 7 ਦੇ 7 ਦੇ ਦਿਓ, ਅਸੀਂ ਤਾਂ ਸਵੇਰੇ ਮੈਚ ਖੇਡਣਾ। ਉੱਥੇ ਸਾਨੂੰ ਇੰਨਾ ਰੌਣਕ ਮੇਲਾ ਹੋਇਆ ਵੀ ਉਹ ਦਿਮਾਗ 'ਚ ਰਹੋ ਸੀ। ਉਦੋਂ ਬਾਅਦ 'ਚ ਵੀ ਹੱਸਦਾ ਕਰੀ ਵੀ ਨਿਆਲ ਨਿਆਲ ਦੁਬਾਰੇ ਜਾਣਾ, ਅਸੀਂ ਨਿਆਲ ਨਹੀਂ ਦੁਬਾਰਾ ਗਏ ਜੀ। ਪਾਤਰੀ ਵੀ ਖੇਡ ਲਏ, ਘੱਗੇ ਵੀ ਖੇਡੇ ਜੀ। ਇੱਕ ਵਾਰੀ ਸਾਡਾ ਦੇਦਣਾ ਮੈਚ ਹੋਇਆ ਹਰਿਆਣੇ ਦੇ ਨਾਲ ਜੀ, 20-25 ਦਾ ਬਾਹਲਾ ਦਿਲਚਸਪ, ਸਾਰਾ ਹਰਿਆਣਾ ਇਕੱਠਾ ਹੋਇਆ ਵਾ ਜੀ, ਅਸੀਂ ਇੱਧਰੋਂ ਇਹੀ ਸੈੱਟ ਜੀ। ਅਤੇ 20-25 ਟਾਈਮ ਦੇ ਵਿੱਚ ਤਾਂ ਇਹ ਸਮਝ ਲਓ ਵੀ ਪਬਲਿਕ ਜਿੱਥੇ ਬਹਿ ਗਈ, ਕੋਈ ਇਹ ਨਹੀਂ ਜੀ ਉੱਠਿਆ ਵੀ ਮੈਚ ਦੇਖੇ ਬਿਨਾਂ ਪਰਾਂ ਹੋ ਜਾ ਜੀ। ਤਾਂ ਅਸੀਂ ਉਹ ਜਾ ਕੇ 1.5 ਮਿੰਟ 'ਤੇ ਮੈਚ ਜਿੱਤੇ ਤੇ, 40 ਮਿੰਟ ਦੇ ਵਿੱਚੋਂ 1.5 ਮਿੰਟ ਦਾ ਫਰਕ ਪਿਆ ਸੀ ਦੋਏ ਟੀਮਾਂ ਦਾ, ਇੰਨਾ ਕੰਪੀਟੀਸ਼ਨ ਦਾ ਮੈਚ ਹੋਇਆ ਸੀਗਾ ਜੀ। ਅਤੇ ਬਾਈ ਤੁਹਾਡੀ ਰੇਡ 'ਤੇ ਵੀ ਕਿਤੇ ਕੋਈ ਜਿਵੇਂ ਅੱਜ ਕੱਲ੍ਹ ਪੈਸੇ ਲੱਗਦੇ ਨੇ, ਮੋਟਰਸਾਈਕਲ ਗੱਡੀਆਂ ਵੀ ਲੱਗਦੀਆਂ ਨੇ, ਅਤੇ ਤੁਹਾਡੀ ਰੇਡ ਦੇ ਉੱਤੇ ਕਦੇ ਕਿਸੇ ਨੇ ਪੈਸੇ ਲਾਏ ਸੀ? ਰੇਡ 'ਤੇ ਮੇਰੀ ਤਾਂ ਲੱਗੇ ਬਹੁਤ ਜਗ੍ਹਾ ਨੇ ਜੀ, ਬਾਕੀ ਮਾਨ ਸਨਮਾਨ ਜਿਵੇਂ ਕਰਦੇ। ਇੱਕ ਵਾਰੀ ਚੌਂਦੇ ਪਿੰਡ ਦੇ ਵਿੱਚ ਟੂਰਨਾਮੈਂਟ ਸੀਗਾ, ਸਾਡੇ ਆਪਦੇ ਪਿੰਡ ਦੀ ਟੀਮ ਸੀਗੀ ਅਤੇ ਚੌਂਦੇ ਪਿੰਡ ਦੀ ਟੀਮ ਦੀ, ਉੱਥੇ ਪੈਟਰੋਲ ਪੰਪ ਵਾਲੇ ਚੌਂਦੇ ਦੇ ਜੀ ਨਾਲੇ ਉਹਨਾਂ ਨੇ ਇੱਕ ਜੀਤੇ ਨਾਂ ਦਾ ਜਾਫੀ ਸੀਗਾ ਚੌਂਦੇ ਦਾ, ਉਹਨਾਂ ਨੇ ਸ਼ੁਰੂ ਦੇ ਵਿੱਚ ਲਾਤਾ ਵੀ ਸਾਰੇ ਮੈਚ ਦੇ ਵਿੱਚ ਜੇ ਅਮਰੀਕ ਸਿੰਘ ਨੂੰ ਜੀਤਾ ਜੱਫਾ ਲਾਉਂਦਾ ਤਾਂ ਮੈਂ 250 ਰੁਪਇਆ ਜੀਤੇ ਨੂੰ ਦਊਂਗਾ ਜੀ। ਤਾਂ ਜੀਤੇ ਨੇ ਵੀ ਦੂਏ ਜਾਫੀ ਨੇ ਹੋਰ ਵੀ ਉਹਨੇ ਬੰਦਾ ਭੇਜਤਾ ਵੀ ਤੂੰ ਜੱਫਾ ਖਾ ਲਿਆ, 250 ਇਹ ਵੀ ਲੈ ਲਈ, ਹੋਰ ਵੀ ਲੈ ਲਈ। ਮੈਂ ਉਹਨੂੰ ਇਸੇ ਗੱਲ ਤੋਂ ਪੂਰਾ ਜਵਾਬ ਦੇਤਾ ਵੀ ਤੂੰ ਜੱਫਾ ਲਾ ਕੇ, ਮੈਂ ਜਾਣ ਕੇ ਜੱਫਾ ਨਹੀਂ ਖਾਣਾ, ਤੂੰ ਆਪਦੇ ਜੱਫਾ ਲਾ ਕੇ 250 ਵੀ ਰੱਖ, ਹੋਰ ਜਿਹੜੇ ਬਣਦੇ ਨੇ ਉਹ ਵੀ ਰੱਖ ਜੀ, ਵੀ ਮੈਂ ਇਹ ਸਾਂਝਾ ਜੱਫਾ ਮੈਂ ਨਹੀਂ ਕਰਨਾ, ਨਾ ਮੈਂ ਕਰਾਂ, ਤੂੰ ਜੱਫਾ ਲਾਉਣਾ ਸਾਰੇ ਲੈ ਜਾ। ਤਾਂ ਇੰਡ ਦੇ ਵਿੱਚ ਉਹ ਲਾਲੇ ਨੂੰ ਪੰਪ ਵਾਲੇ ਨੂੰ ਲੋਕਾਂ ਨੇ ਕਿਹਾ ਵੀ ਹੁਣ 250 ਇਹਨੂੰ ਦੇ ਡੀਜ਼ਲ ਨੂੰ ਦੇ ਜੀ। ਤਾਂ ਉਹ ਕਹਿੰਦਾ ਵੀ ਇਹਦਾ ਜੀਤੇ ਵਾਸਤੇ ਜੀ, ਵੀ ਇਕੱਲੇ ਜਾਫੀ ਦੇ ਲਾਇਆ ਜਾਫੀ ਵਾਸਤੇ ਜੀ। ਤਾਂ ਉਹ ਲੋਕਾਂ ਨੇ ਉਹਨੂੰ ਬਹੁਤ ਖੱਜਲ ਕਰਿਆ ਵੀ ਤੂੰ ਇਹਦੇ ਇੱਕ ਜੱਫੇ 'ਤੇ 250 ਦਿੰਦਾ, ਜਿਹਨੇ 15-20 ਰੇਡਾਂ ਪਾਤੀਆਂ ਉਹਨੂੰ ਜੱਫਾ ਨਹੀਂ ਲਾ ਸਕਿਆ ਵੀ ਉਹਨੂੰ ਤੂੰ 250 ਦੇ, ਉਹਨੂੰ 250 ਨਹੀਂ ਦੇਣਾ, ਤੂੰ 100-200 ਦੇ ਦੇ। ਤਾਂ ਉਹ ਲਾਲੇ ਕੰਮ ਨੇ ਸਾਰੇ ਪੈਸੇ ਕੋਲ ਰੱਖ ਲਏ ਉੱਪਰ ਜੀ। ਤਾਂ ਮੈਨੂੰ ਕੋਈ ਨਹੀਂ ਦਿੱਤਾ, ਤੁਹਾਨੂੰ ਦਿੱਤੇ ਜੀ? ਨਾ, ਮੈਨੂੰ ਕੋਈ ਨਹੀਂ ਦਿੱਤਾ ਜੀ। ਅਤੇ ਬਾਈ ਉਸ ਟਾਈਮ ਦੇ ਖਿਡਾਰੀ ਕਿਹੜੇ ਸੀ, ਆਲ ਪੰਜਾਬ ਦੇ ਕਹਿ ਲਈਏ ਜਾਂ ਵਿੱਚ ਹਰਿਆਣੇ ਦੇ ਕਹਿ ਲਈਏ, ਤੁਹਾਡੇ ਸਮਕਾਲੀ ਜਿਹਨੂੰ ਕਹਿ ਲਈਏ ਵੀ ਤੁਹਾਡੇ ਨਾਲ ਜਿਹਦੇ ਨਾਲ ਤੁਸੀਂ ਕਬੱਡੀ ਖੇਡਿਓ ਉਸ ਟਾਈਮ ਦੇ, ਜਿਵੇਂ ਮਾਝੇ ਦੇ, ਦੁਆਬੇ ਦੇ, ਮਾਲਵੇ ਦੇ? ਹਾਂ, ਪੰਜਾਬ 'ਚੋਂ ਜਿਵੇਂ ਹੁਣ ਸਾਰੇ ਆ ਗਏ, ਬਲਕਾਰ ਸਿੰਘ ਆ ਗਿਆ ਬਿਜਲੀ ਬੋਰਡ 'ਚ ਦੀ, ਕਿੱਥੋਂ ਦੇ ਸੀ ਉਹ? ਇਹ ਸੁਲਤਾਨਪੁਰ ਲੋਧੀ ਦੇ। ਅਤੇ ਬਾਕੀ ਆਪਣੇ ਕਪੂਰਥਲੇ ਤੋਂ ਇਹਦੇ ਮੰਗੀ ਹੋ ਗਿਆ, ਨੇਕੀ ਹੋ ਗਿਆ ਜੀ, ਕਪੂਰਥਲੇ ਸਾਈਡ ਦੇ। ਹਾਂਜੀ, ਬਲਵਿੰਦਰ ਫਿੱਡੂ ਵੀ ਹੋ ਗਿਆ ਅਤੇ ਅਮਰਜੀਤ ਵਗੈਰੇ, ਜਾਣੀ ਇਹ ਸਾਰੇ ਬੰਦੇ ਜਿਹੜੇ ਪੰਜਾਬ ਪੁਲਿਸ 'ਚ ਭਰਤੀ ਸੀਗੇ, ਕੁਛ ਮੰਡੀਕਰਨ ਬੋਰਡ ਦੇ ਵਿੱਚ, ਸੱਭੇ ਉਹਨੀ, ਪੱਪੂ ਉਹਨੀ। ਹਾਂਜੀ ਹਾਂਜੀ,
ਰਾਣੇ ਉਹਨੀ ਜਿਹੜੇ ਇੱਦਾਂ ਨਹੀਂ ਤਕਰੀਬਨ ਪੁਰਾਣੇ ਜਾਫੀ ਨੇ ਮੰਡੀਆਂ ਵਾਲਾ ਜੱਸਾ ਦੇਖ ਲਓ ਸਪੈਰ ਹੋ ਗਿਆ ਇਹਨਾਂ ਦੇ, ਇਹਨਾਂ ਨਾਲ ਵੀ ਬਾਅਦ 'ਚ ਇੰਡ ਜਾ ਕੇ ਲੱਗੇ ਜੀ, ਫਰੀਦਕੋਟੀਆਂ ਨਾਲ ਵੀ ਜਾਣੀ ਇੰਨਾ ਕੁ ਲਾ ਲਓ ਵੀ ਜਿਹੜੇ ਹਰਿਆਣੇ ਦੇ ਟੋਪ ਦੇ ਤੇ ਫਰੀਦਕੋਟੀਆਂ ਕਿਹੜੇ ਸੀ, ਸੀਰੇ ਸੂਰੇ ਉਹਨੇ ਸਾਰੇ ਗਰੁੱਪ ਸੀਗਾ ਇਹਨਾਂ ਦਾ, ਪੰਜ ਛੇ ਬੰਦਿਆਂ ਦਾ ਟੋਪ ਦਾ ਜੀ, ਹਾਂ ਮੰਦਰ ਸੀਰੇ ਉਹਨੀ ਸਾਰੇ ਫਰੀਦਕੋਟੀਏ, ਹਾਂਜੀ, ਅਤੇ ਬਾਕੀ ਹਰਿਆਣੇ ਹਰਿਆਣੇ ਦੇ ਹੁੰਦੇ ਤੇ ਨਿੰਮੇ ਅਲਵਾਦ ਉਹਨੀ ਰੁਲਦ ਉਹਨੀ ਜੀ, ਹੋਰ ਬਾਕੀ ਇੱਧਰ ਚੰਡੀਗੜ੍ਹ ਸਾਈਡ ਦੇ ਕੋ ਭੋਲੇ ਉਹਨੀ ਸੰਬਲ ਕਹਿੰਦੇ ਉਹਨੂੰ ਜੀ, ਜਿੰਨੇ ਜਾਣੇ ਟੋਟਲ ਜਾਫੀ ਰੇਡਰ ਸਾਰੇ ਜਾਫੀਆਂ ਨਾਲ ਤਕਰੀਬਨ ਮੇਰੇ ਮੈਚ ਲੱਗੇ ਨੇ ਸਾਰਿਆਂ ਨਾਲ ਜੀ। ਅਤੇ ਤੁਹਾਡੇ ਫਿਰ ਮਨਪਸੰਦ ਖਿਡਾਰੀ ਕਿਹੜਾ ਲੱਗਦਾ ਤੁਹਾਨੂੰ, ਜੀ ਤੁਹਾਨੂੰ ਕਿਹੜਾ ਖਿਡਾਰੀ ਵਧੀਆ ਲੱਗਦਾ ਸੀ ਉਸ ਟਾਈਮ 'ਤੇ? ਮਨਪਸੰਦ ਸਾਰਿਆਂ ਤੋਂ ਜ਼ਿਆਦਾ ਨਿੱਘੇ ਸੁਭਾਅ ਸੀਗਾ ਜੀ ਸਿੰਘਾਂ ਦਾ ਉਹਦੀਆਂ ਘੋਲ ਜੀ, ਇਹਨੇ ਆਪਦੀ ਰੇਡ ਪਾਉਣੀ ਹੈ, ਕੋਈ ਲੜੇ ਕੋਈ ਭਿੜੇ, ਇਹਨੇ ਨਾ ਕਿਸੇ ਦੇ ਰੌਲੇ 'ਚ ਆਉਣਾ ਨਾ ਕਹਿਣਾ, ਬਸ ਇਹਨੇ ਜੇ ਕੋਈ ਗੱਲ ਹੋਣਾ ਰੌਲਾ ਪੈਣਾ ਇਹਨੇ ਹੱਸ ਕੇ ਸਾਰ ਦੇਣਾ, ਇਹਨੂੰ ਖੁਸ਼ਤਬੀਤ ਨਿੱਘੇ ਸੁਭਾਅ 'ਚ ਮੈਨੂੰ ਤਕਰੀਬਨ ਕੋਈ ਨਹੀਂ ਘੱਟ ਹੀ ਲੱਗਦੇ ਨੇ, ਹਾਂ ਇਹ ਤੋਂ ਵੱਧ ਕੋਈ ਮੈਨੂੰ ਖੁਸ਼ਤਬੀਤ ਬੰਦਾ। ਅਤੇ ਜਾਫੀਆਂ ਦੇ ਵਿੱਚੋਂ ਬਾਈ ਕਿਹੜਾ ਸੀ ਮਨਪਸੰਦ ਤੁਹਾਡੇ? ਨੇਕੀ ਕਪੂਰਥਲੇ ਵਾਲਾ ਜੀ। ਜੀ, ਕੀ ਖਾਸੀਅਤ ਸੀ ਉਹਦੀ ਤੁਹਾਨੂੰ? ਉਹਦੀ ਖਾਸੀਅਤ ਇਹ ਤੇ ਜੱਫਾ ਵੀ ਉਹਨੇ ਲਾਉਣਾ, ਨਾ ਤਾਂ ਉਹਨੇ ਕਿਸੇ 'ਤੇ ਸੱਟ ਮਾਰਨ ਦੀ ਕੋਸ਼ਿਸ਼ ਕਰਨੀ ਹੈ, ਨਾ ਉਹਨੇ ਕਿਸੇ ਨਾਲ ਹਰਖਣਾ, ਨਾ ਕਿਸੇ ਜਾਣੀ ਉਹਦਾ ਆਪਦੇ ਬਸ ਜੱਫੇ ਲਾਉਣ ਤੱਕ ਰੇਡਰ ਨੂੰ ਫੜਨ ਤੱਕ ਧਿਆਨ ਸੀ, ਹੋਰ ਉਹਨੂੰ ਕੋਈ ਵੱਧ ਘੱਟਦਾ ਹੋਣ 'ਤੇ, ਜਿਵੇਂ ਕਹਿ ਲਓ ਵੀ ਸੀਆਂ ਦਾ ਦੇਖੋ ਵਾਲਾ ਕੰਮ। ਠੀਕ ਹੈ ਜੀ, ਹਾਂ ਆਪਦੀ ਆਪਦੀ ਖੇਡ ਦੇ ਵਿੱਚ ਹੀ ਮਸਤ ਰਹਿੰਦਾ ਸੀ ਉਹ, ਆਪਦੀ ਖੇਡ ਦੇ ਵਿੱਚ ਮਸਤ ਸੀ ਉਹਨੂੰ, ਕੋਈ ਉਹਨੇ ਕਿਸੇ ਨਾਲ ਪੈਸੇ ਦਾ ਰੌਲਾ ਨਹੀਂ, ਕੋਈ ਉਹ ਨਹੀਂ ਕਰਨਾ, ਉਹਨੂੰ ਆਪਦੀ ਗੇਮ 'ਤੇ ਬਸ ਮਸਤੀ ਸੀ ਆਪਦੇ ਸਰੀਰ ਨਾਲ। ਤੁਸੀਂ ਮਿਹਨਤ ਕਿੰਨਾ ਟਾਈਮ ਕਰਦੇ ਸੀ ਅਤੇ ਖੁਰਾਕ ਦਾ ਕੀ ਸ਼ਡਿਊਲ ਸੀ ਤੁਹਾਡਾ? ਇਹ ਮਿਹਨਤ ਜਾਣੀ ਜਦ ਤੋਂ ਅਸੀਂ 62 ਤੋਂ ਬਾਅਦ ਓਪਨ 'ਚ ਸਟਾਰਟਿੰਗ ਕਰ ਲਈ, ਉਦੋਂ ਬਾਅਦ ਖੁਰਾਕ ਸੀਗੀ ਜਿਹੜੀ ਜਦ ਦੇਸੀ ਖੁਰਾਕ ਸੀਗੀ ਜੀ, ਦੁੱਧ ਘਿਓ ਦਹੀਂ ਲੱਸੀ ਜੋ ਚੱਲਣਾ, ਬਾਕੀ ਮੀਟ ਵਗੈਰਾ ਜੋ ਅਸੀਂ ਕੈਂਪ ਲਾਉਂਦੇ ਸੀਗੇ ਉਹਦੇ ਬਣਾ ਲੈਂਦੇ, ਹਾਂਜੀ ਹੋਰ ਇੱਦੋਂ ਖੁਰਾਕ ਕੋਈ ਨਹੀਂ ਸੀ, ਜਾਂ ਬਦਾਮ ਸੀਗੇ ਜੀ, ਕੋਈ ਪ੍ਰੋਟੀਨ ਨਹੀਂ ਸੀ, ਕੋਈ ਹੋਰ ਜੀ, ਦੋ ਨੰਬਰ ਦੀ ਖੁਰਾਕ ਕੋਈ ਨਹੀਂ ਸੀ, ਸਾਰੀ ਘਰੇਲੂ ਦੇਸੀ ਖੁਰਾਕ, ਦੇਸੀ ਖੁਰਾਕ ਸੀਗੀ ਜੀ। ਜਿਹੜੀ ਸਾਡੀ ਪ੍ਰੈਕਟਿਸ ਸੀਗੀ ਉਹ ਸਵੇਰੇ 3 ਵਜੇ ਤੋਂ 5 ਵਜੇ ਤੱਕ ਜੀ, 2 ਘੰਟੇ ਸਿੰਪਲ ਕੱਪੜਿਆਂ ਦੇ ਵਿੱਚ, ਕੋਈ ਡਰਾਈ ਸੂਟ ਨਹੀਂ ਦਿੰਦਾ, ਕੋਈ ਫਲੀਟ ਨਹੀਂ ਦੇ ਹੁੰਦੇ, ਜਿੱਥੇ ਵੱਧ ਤੋਂ ਵੱਧ ਜ਼ੋਰ ਲੱਗਣਾ ਕੱਚੇ ਪਿਆ ਕੱਚਾ ਕੋਈ ਖੇਤ ਆਉਣਾ ਜੀ, ਉਹਦੇ 'ਚ ਕਰਕੇ ਜਦੋਂ ਪੂਰਾ ਗਰਮੀ ਨਾਲ ਭਿੱਜਣਾ, ਸਪਰਿੰਟਾਂ ਲਾਉਣੀਆਂ, ਹਾਂਜੀ ਫੁੱਟਵਰਕ ਕਰਨਾ, ਡੰਡ ਲਾਉਣੇ, ਹਾਂਜੀ ਉਹ ਸਾਰੀਆਂ ਚੀਜ਼ਾਂ ਕਰਕੇ ਜਦੋਂ ਜਮ੍ਹਾਂ ਸਰੀਰ ਨੇ ਥਕਾਵਟ ਮੰਨਣਾ, ਉਦੋਂ ਬਾਅਦ ਜਾ ਕੇ ਆਪਦਾ ਖਾ ਪੀ ਕੇ ਸਿਆਲ ਦੇ ਮਹੀਨੇ ਵੀ ਜਾਈ ਲੈ ਕੇ ਪੈ ਜਾਣਾ, ਜਾਂ ਗਰਮੀਆਂ ਦੇ ਮਹੀਨੇ ਜਾ ਕੇ ਉਹ ਪੈ ਜਾਣਾ ਜੀ, ਉਦੋਂ ਬਾਅਦ 2 ਘੰਟੇ ਸੌ ਲੈਣਾ ਜੀ, ਸੌਂ ਕੇ ਨਹਾ ਨੂੰ ਕੇ ਉਦੋਂ ਬਾਅਦ ਖਾਣਾ ਖਾ ਕੇ ਆਪਦਾ ਫੇਰ ਫਰੈਸ਼, ਸ਼ਾਮ ਨੂੰ ਸਾਡੀ ਗਰਾਊਂਡ ਦੀ ਪ੍ਰੈਕਟਿਸ ਇੰਨੀ ਹੁੰਦੀ ਸੀ ਅਤੇ ਲੈ ਕੇ 2-2.5 ਘੰਟੇ ਤੱਕ ਗਰਾਊਂਡ ਪ੍ਰੈਕਟਿਸ ਹੁੰਦੀ ਸੀਗੀ, ਜਿਹੜੀ ਪੂਰੀ ਫੈਟ ਨਾ ਹੁੰਦੀ ਸੀ ਜੀ, ਜਿਵੇਂ ਹੁਣ ਅੱਜ ਕੱਲ੍ਹ ਚੱਲ ਪਿਆ ਗਰਾਊਂਡ ਪ੍ਰੈਕਟਿਸ ਤੋਂ ਬਿਨਾਂ ਇਹ ਗੇਮ ਨਹੀਂ ਜੀ, ਜੋ ਭਲ ਗੱਦੇ ਦੀ ਕੁਸ਼ਤੀ ਉਹ ਬਿਨਾਂ ਭਲਵਾਨੀ ਹੈ, ਗਰਾਊਂਡ ਤੋਂ ਬਿਨਾਂ ਭਲਵਾਨੀ ਬਣੀ, ਬਿਲਕੁਲ ਜੀ ਬਿਲਕੁਲ, ਅਤੇ ਇਹੀ ਚੀਜ਼ਾਂ ਦਾ ਹੋਇਆ ਵੀ ਗਰਾਊਂਡ ਦੇ ਬਿਨਾਂ ਔਰ ਸਹੀ ਖੁਰਾਕ ਦੇ ਬਿਨਾਂ ਕੋਈ ਇਹਦਾ ਮੇਲ ਨਹੀਂ ਹੈਗਾ, ਬਿਲਕੁਲ ਜੀ ਬਿਲਕੁਲ, ਤੁਹਾਡੀ ਮਿਹਨਤ ਵੀ ਦੇਸੀ ਅਤੇ ਖੁਰਾਕ ਵੀ ਦੇਸੀ ਸੀ ਤੁਹਾਡੀ। ਅਤੇ ਬਾਈ ਤੁਹਾਡੀ ਕਬੱਡੀ ਦੇ ਵਿੱਚ ਖਾਸੀਅਤ ਕੀ ਰਹੀ ਹੈ? ਖਾਸੀਅਤ ਤਾਂ ਇਹੀ ਸੀਗੀ ਅਤੇ ਨਾ ਤਾਂ ਅਸੀਂ ਜਿੰਨਾ ਚਿਰ ਖੇਡਿਆ ਕਿਸੇ ਨਾਲ ਸਾਂਝਾ ਮੈਚ ਕੀਤਾ, ਜਿੱਥੋਂ ਲੋਕ ਜ਼ਿਆਦਾ ਪਸੰਦ ਕਰਦੇ ਸੀਗੇ, ਇੱਕ ਮੇਰਾ ਇਹ ਅਸੂਲ ਸੀਗਾ ਅਤੇ ਜੇ ਕਿਸੇ ਰੈਫਰੀ ਨੇ ਨੰਬਰ ਗਲਤ ਵੀ ਦੇਤਾ ਤਾਂ ਉਹਨੂੰ ਲੜਨਾ ਨਹੀਂ ਹੈਗਾ, ਵੀ ਇਹਨੇ ਅੱਜ ਨੰਬਰ ਗਲਤ ਦੇ ਕੇ ਜੇ ਤਾਂ ਅਦੂ ਕੱਲ੍ਹ ਨੂੰ ਆਪਾਂ ਫਿਰ ਮੈਚ ਖੇਡਣਾ, ਦੂਜੇ ਦਿਨ ਫਿਰ ਸਹੀ, ਡੇਲੀ ਰੈਫਰੀ ਉਹ ਰਹਿੰਦੇ ਨਹੀਂ ਹਨ, ਵੀ ਕਿਸੇ ਨਾਲ ਲੜੋ ਨਾ, ਉਦੋਂ ਬਾਅਦ ਜੇ ਕਦੇ ਹਾਰਦੇ ਹਾਂ ਆਪਾਂ ਤਾਂ ਉਹ ਹਾਰਨ 'ਤੇ ਇਹ ਸੋਚੋ ਵੀ ਆਪਾਂ ਕੀ ਘਾਟ ਤੋਂ ਹਾਰਿਆ ਜੀ, ਆਪਦੀ ਹੋਰ ਤਿਆਰੀ ਕਰੋ ਜੀ, ਮਿਹਨਤ ਕਰੋ, ਮਿਹਨਤ ਕਰੋ, ਇਹਨੂੰ ਸੋਚੋ ਵੀ ਆਪਣੇ 'ਚ ਘਾਟ ਕੀ ਆ ਹਾਰਨ ਦੀ, ਇੱਕ ਸਾਨੂੰ ਇਹ ਮੈਚ ਦੀ ਸਾਡੇ ਪਿੰਡ ਮੈਚ ਹੈ, ਕਿਤੇ ਸਾਡੀ ਰਿਸ਼ਤੇਦਾਰੀ ਹੈ ਜੀ, ਖੁਦ ਮੈਂ ਆਪਦੇ ਸਹੁਰੇ ਵੀ ਖੇਡ ਗਿਆ, ਮੰਗਿਆ ਵਾ ਜੀ, ਮੰਗ ਜਾਣੀ ਰੋਕ ਰਕੀਆ ਹੋਏ ਤੋਂ 3 ਮੈਚ ਮੈਂ ਆਪਦੇ ਸਹੁਰੇ ਖੇਡ ਗਿਆ, ਅਤੇ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਸੀ ਵੀ ਸਹੁਰੇ ਨੇ ਜਾਂ ਸਹੁਰਿਆਂ ਦੇ ਲਵੇ ਦੇ ਪਿੰਡ ਟੂਰਨਾਮੈਂਟ ਹੈ, ਆਮ ਪਬਲਿਕ ਸਹੁਰਿਆਂ ਦੀ ਟੀਮ ਵੀ ਹੁੰਦੀ ਸੀ ਉਹਦੇ ਨਾਲ ਵੀ ਖੇਡਿਆ, ਆਪਾਂ ਨੇ ਕੋਈ ਟੈਨਸ਼ਨ ਨਹੀਂ ਲਈ ਵੀ ਕੋਈ ਕਿਤੇ ਦਾ ਹੈਗਾ ਜਾਂ ਕਿੱਥੇ ਆਪਾਂ ਖੇਡਣਾ, ਮੈਂ ਤੁਸੀਂ ਖੇਡ ਨੂੰ ਸਮਰਪਿਤ ਰਹੇ, ਉੱਥੇ ਜਾਣਾ ਨਹੀਂ ਵੀ ਉੱਥੇ ਜਾਣਾ ਨਹੀਂ, ਆਪਾਂ ਨੂੰ ਜੋ ਗਰੀਬ ਅਮੀਰ ਜੋ ਕਿਸੇ ਨੇ ਚਾਹ ਪਾਣੀ ਨੂੰ ਗਰਾਊਂਡ 'ਚੋਂ ਨਿਕਲਦੇ ਨੇ ਕਹਿ ਤਾ,
ਵੀ ਮੈਂ ਬੀਕ ਕਰਦਾ, ਮੈਂ ਤੁਹਾਨੂੰ ਲੱਸੀ ਪਿਲਾ ਰਿਹਾ ਜੀ, ਮੈਂ ਤੁਹਾਨੂੰ ਆਹ ਦੁੱਧ ਲਈ ਮੈਂ ਪੀਤਾ, ਖੁਸ਼ ਹੋ ਕੇ ਪੀਤਾ ਜੀ। ਅਗਲੇ ਦਾ ਮਾਨ ਤਾਨ ਸੀਗਾ ਉਹ, ਮੈਂ ਜਿਹਨੇ ਵੀ ਤੁਹਾਡੀ ਕਦਰ ਕੀਤੀ ਹੈ, ਫੁੱਲਾਂ ਹੱਥਾਂ 'ਤੇ ਚੱਕਿਆ ਤੁਹਾਨੂੰ, ਅਗਲੇ ਨੇ ਕਦਰ ਕੀਤੀ, ਆਪਾਂ ਨੇ ਉਹਨੂੰ ਇਹ ਨਹੀਂ ਹੈਗਾ ਵੀ ਇਹ ਤਾਂ ਗਰੀਬ ਹੈ ਜੀ, ਇਹ ਇਹਦੇ ਤਾਂ ਆਹ ਨਹੀਂ ਹੈਗਾ, ਆਹ ਨਹੀਂ ਹੈਗਾ। ਬਿਲਕੁਲ ਜੀ ਬਿਲਕੁਲ, ਲੋਕਾਂ ਨੇ ਪਿਆਰ ਮੁਹੱਬਤ ਦਿੱਤਾ ਵੀ ਬਹੁਤ ਹੈ ਅਤੇ ਆਪਾਂ ਕਿਸੇ ਨੂੰ ਬੁਰਾ ਭਲਾ ਬੋਲੇ ਵੀ ਹੈ ਨਹੀਂ ਲੋਕਾਂ ਤੋਂ ਜੀ। ਸਰ ਬਿਲਕੁਲ ਚਾਹੀਦਾ ਵੀ ਇੱਦਾਂ ਹੀ ਹੈ ਜੀ। ਅਤੇ ਇਹ ਤੁਹਾਡਾ ਵਜ਼ਨ ਕਿੰਨਾ ਹੁੰਦਾ ਸੀ ਓਪਨ ਦੇ ਵਿੱਚ, ਉਹ ਕਿੱਥੋਂ ਤੋਂ ਕਰਿਆ ਵਜ਼ਨ? ਓਪਨ ਦੇ ਵਿੱਚ 72 ਤੋਂ 75 ਕਿਲੋ 'ਤੇ ਵੇਟ ਰਿਹਾ ਮੇਰਾ, ਜਿਹਦੇ ਨਾਲ ਮੈਂ 1 ਕੁਇੰਟਲ 20-25 ਕਿਲੋ ਤੱਕ ਦੇ ਬੰਦਿਆਂ ਨਾਲ ਜਾਫ ਲੈਣ 'ਤੇ ਉਹ ਬੰਦਿਆਂ 'ਤੇ ਰੇਡਾਂ ਪਾਈਆਂ ਨੇ ਜੀ। 2-3 ਜਗ੍ਹਾ ਇਹ ਵੀ ਹੋਇਆ ਅਤੇ ਬੰਦੇ ਨੇ ਉੱਪਰੋਂ ਬਗਲ ਭਰ ਕੇ ਥੱਲੇ ਸਿੱਟ ਲਿਆ, ਤਾਂ ਉਹਦੇ ਪੱਟ ਹੱਥ 'ਚ ਆਉਣ ਨਾਲ ਮੈਂ 1 ਕੁਇੰਟਲ 20 ਕਿਲੋ ਦੇ ਬੰਦੇ ਨੂੰ ਲੈ ਕੇ ਤਾਂ ਖੜ੍ਹਾ ਹੋ ਕੇ ਉੱਠ ਕੇ ਉਹਨੂੰ ਚੱਕ ਕੇ ਰਿਹਾ ਜੀ ਪਲੇ 'ਤੇ। 72 ਕਿਲੋ ਵਾਲਾ, 72 ਕਿਲੋ ਵੇਟ ਨਾਲ, 75 ਨਾ ਕਹਿ ਲਓ ਜੀ, 75 ਤੋਂ 77 ਨਹੀਂ ਹੋਇਆ ਜਿੰਨਾ ਚਿਰ ਮੈਂ ਖੇਡਿਆ ਜੀ, ਹੁਣ ਜ਼ਰੂਰ 80 ਕਿਲੋ ਹੋ ਗਿਆ, ਜਿੰਨਾ ਚਿਰ ਗੇਮ ਖੇਡਿਆ 77 ਕਿਲੋ ਨਹੀਂ ਹੋਇਆ, 75 ਰਿਹਾ, 72 ਤੋਂ 75। ਅਤੇ ਉਹਦੇ ਨਾਲ 1 ਕੁਇੰਟਲ 20 ਕਿਲੋ ਤੱਕ ਦੇ ਚਾਚੀ ਨੂੰ ਮੈਂ ਕਈ ਵਾਰੀ ਤੁਰਿਆ ਉਹਦੇ ਨਾਲ। ਤੁਹਾਡੇ ਕੋਚ ਕੌਣ ਸੀ? ਕੋਚ ਸੀਗੇ ਪਹਿਲਾਂ 62 ਕਿਲੋ ਤੱਕ ਜੋ ਹੱਲਾ ਸ਼ੇਰੀ ਦਿੱਤੀ ਸਾਡੇ ਪਿੰਡ ਦੇ ਬਲਜੀਤ ਸਿੰਘ ਲੰਬੜਦਾਰ ਜੀ, ਜਿਵੇਂ ਆਪਾਂ ਕਹਿ ਲਓ ਵੀ ਬੰਦਾ ਇੱਕ ਘਰੋਂ ਸੁਨੇਹਾ ਲਾਇਆ ਜਾਂ ਉਹ ਕਰਿਆ, ਆਪਾਂ ਨੇ ਫਟਾਫਟ ਆਪਾਂ ਨੇ ਚੱਲਣਾ ਉੱਥੇ, ਕੱਲ੍ਹ ਨੂੰ ਖੇਡਣਾ, ਆਪਾਂ ਨੇ ਰੁਕਣਾ ਨਹੀਂ, ਤਿਆਰੀ ਸੀ। ਬਾਕੀ ਗਰਾਊਂਡ 'ਚ ਅੱਜ ਸ਼ਾਮ ਨੂੰ ਪ੍ਰੈਕਟਿਸ ਕਰਾਂਗੇ, ਆਹ ਕਰਨਾ ਹੋਰ ਖੇਡੀ ਚੱਲੋ। ਉਦੋਂ ਜਦੋਂ ਅਸੀਂ ਓਪਨ ਦਾ ਗਰੁੱਪ ਬਣਾ ਲਿਆ, ਭੜੋ ਵਾਲੇ ਹੋ ਗਏ, ਪ੍ਰੀਤਮ ਭਲਵਾਨ ਹੋ ਗਏ, ਸਾਰੇ ਹਾਂਜੀ ਰਲ ਕੇ ਹਾਂਜੀ, ਉਦੋਂ ਬਾਅਦ ਫਿਰ ਅਸੀਂ ਕੈਂਪ ਲਾਉਣੇ ਸ਼ੁਰੂ ਕਰਤੇ। ਹਾਂਜੀ, ਉਹ ਕੋਚ ਕੌਣ ਸੀ ਤੁਹਾਡੇ? ਹਾਂ, ਉਦੋਂ ਬਾਅਦ ਪ੍ਰੀਤਮ ਨੇ ਟ੍ਰੇਨਿੰਗ ਦਿੱਤੀ ਜੀ ਸਾਨੂੰ, ਸਫਰ ਵਾਲੇ ਨੇ ਜੀ। ਉਦੋਂ ਬਾਅਦ ਜਿੰਨਾ ਇਹਨੂੰ ਨੌਲੇਜ ਹੈਗੀ ਸਰ, ਇਹ ਟ੍ਰੇਨਿੰਗ ਦਿੰਦਾ ਰਿਹਾ ਸਾਨੂੰ ਓਪਨ 'ਚ ਜਾ ਕੇ ਜੀ। ਉਦੋਂ ਬਾਅਦ ਫਿਰ ਸਾਡੇ ਕੈਂਪ ਲੱਗਣੇ ਸ਼ੁਰੂ ਹੋ ਗਏ, ਜਾ ਕੇ ਜਿਵੇਂ ਜੁਆਇੰਟ ਕੈਂਪ ਲਾ ਲਿਆ, ਉੱਥੇ ਸਾਰੀ ਪ੍ਰੈਕਟਿਸ ਕਰਦੇ ਜੀ, ਉਦੋਂ ਤਜਰਬਾ ਵਧੀ ਗਿਆ ਜੀ। ਪ੍ਰੈਕਟਿਸ ਸਾਡੀ ਹੁੰਦੀ ਸੀ ਸਵੇਰੇ ਸਪਰਿੰਟਾਂ ਦੀ, ਜੇ ਕੋਈ ਜ਼ੋਰ ਕਰਨਾ ਜਾਣੀ ਮਿੱਟੀ ਦੇ ਵਿੱਚ ਜਿੰਨੀ ਪ੍ਰੈਕਟਿਸ ਹੁੰਦੀ ਸੀ ਵੀ ਪੋਲੀ ਜਗ੍ਹਾ ਦੇ ਵਿੱਚ ਕਰੋ, ਹਾਂਜੀ ਵੱਧ ਤੋਂ ਵੱਧ ਜ਼ੋਰ ਲੱਗਣਾ ਜੀ, ਕੋਈ ਸੁਹਾਗਾ ਰੱਖ ਲੈਣਾ, ਸੁਹਾਗਾ ਖਿੱਚ ਲੈਣਾ ਜਾਂ ਕੁਛ ਹੋਰ ਕਰਨ ਲੱਗਣਾ, ਜਾਣੀ ਜਿੰਨਾ ਜ਼ੋਰ ਸਰੀਰ ਦਾ ਲੱਗਣਾ ਵੀ ਉਹ ਸ਼ਾਮ ਨੂੰ ਇਹ ਤੀ ਵੀ ਜਿੰਨਾ ਗੇਮ ਦਾ ਲੱਗਣਾ ਸਾਰਾ ਮੈਚ ਚੱਲਣਾ। ਗੇਮ ਹੋਣ ਤੋਂ ਬਾਅਦ ਫਿਰ ਬੰਦਿਆਂ ਨੇ ਖੜ੍ਹ ਜਾਣਾ ਵੀ ਜਾਫੀ ਖੜੋ, ਹਾਂਜੀ ਹਾਂਜੀ, ਇੱਕ ਬੰਦਾ ਇੱਧਰ ਆ ਜਾਓ ਗਰਮੀ ਦੇ ਟਾਈਮ ਵੀ, ਇਹ 5 ਰੇਡਾਂ ਲਗਾਤਾਰ ਇਹਨੇ ਪਾਉਣੀਆਂ ਨੇ ਹੁਣ ਜਮਾਂ ਖਤਮ ਹੋਏ ਤੋਂ ਪ੍ਰੈਕਟਿਸ, 5 ਰੇਡਾਂ ਇਹ ਲਗਾਤਾਰ ਬੰਦਾ ਪਾਊਗਾ ਇੱਥੇ ਖੜ੍ਹ ਕੇ, ਤੁਸੀਂ ਪੂਰਾ ਇਹਨੂੰ ਕੁੱਟਣਾ ਜੀ, ਜ਼ੋਰ ਲਗਾਉਣਾ, ਇਹ ਬੰਦਾ ਡੈੱਡ ਹੁੰਦਾ ਨਹੀਂ ਹੁੰਦਾ ਜੀ। ਅਤੇ ਉਸ ਤੋਂ ਬਾਅਦ ਤੁਸੀਂ ਕਿੰਨੇ ਕੁ ਖਿਡਾਰੀ ਤਿਆਰ ਕੀਤੇ ਨੇ, ਤੁਸੀਂ ਕੋਚਿੰਗ ਕਿੰਨੇ ਕੁ ਦਿੱਤੀ ਹੈ ਜੀ? ਖਿਡਾਰੀ ਜਿਵੇਂ ਸਾਡਾ ਕੈਂਪ ਅਸੀਂ ਜੁਆਇੰਟ ਹੀ ਲਾਉਂਦੇ ਸੀਗੇ, ਫਿਰ ਹੁਣ ਗੁਰਚੇਤਨ ਸਿੰਘ ਹੋ ਗਿਆ ਡੀਲਾ ਮੇਰੇ ਪਿੰਡ ਦੇ ਜੀ, ਪ੍ਰੀਤਮ ਹੋ ਗਿਆ ਅਤੇ ਹੋਰ 1-2 ਬੰਦੇ ਜੁਆਇੰਟ ਕੈਂਪ ਲਾ ਕੇ, ਉਹਦੇ ਵਿੱਚ ਜਿਵੇਂ ਹੁਣ ਫੰਤ ਮਟੋਲਡੇ ਹੋਣੀ ਗੋਲੂ ਜਾਸਾ ਗੋਲੂ ਮਟੋਲਡਾ, ਹੋਰ ਬੰਦੇ ਕੁਲਵਿੰਦਰ ਪੋਲਾ ਹੋ ਗਿਆ, ਜਿੰਨੇ ਕੁ ਬੰਦੇ ਜਾਣੀ ਏਰੀਏ 'ਚੋਂ ਜਾਂਦੇ ਸੀਗੇ, ਹੋਰ ਆਏ ਘਰਾਂ 'ਚੋਂ ਝਨੇੜੀ ਕਿੰਨੇ ਵੀ ਆ ਜਾਂਦੇ ਸੀਗੇ, ਹਾਂਜੀ ਬਾਕੀ ਜਿੰਨੇ ਬੰਦੇ ਆਉਂਦੇ ਸੀਗੇ ਅਸੀਂ ਇਹਨਾਂ ਨੂੰ ਭਾਸੋਂ ਕਦੇ ਚਹਿਲ ਜਿੱਥੇ ਕਿ ਸਾਡਾ ਕੋਈ ਚੱਲਦਾ ਸੀ, 2-3 ਸਾਲ ਅਸੀਂ ਠੇਕੇ 'ਤੇ ਜ਼ਮੀਨ ਲੈ ਕੇ ਰੱਖੀ ਇੱਥੇ ਰਾਜਪੁਰੇ ਜਿੱਤੂਪੁਰ ਕੋਲ ਜੀ, ਉੱਥੇ ਵੀ ਅਸੀਂ ਠੇਕੇ 'ਤੇ ਜਗ੍ਹਾ ਲੈ ਕੇ ਆਪਦੀ ਛੱਡ ਕੇ ਉਹਦੇ 'ਚ ਵੀ ਕੈਂਪ ਲਾਉਂਦੇ ਰਹੇ ਜੀ। ਹਾਂ ਜਿੰਨਾ ਜਿੰਨਾ ਜਾਣੀ ਸਭ ਤੋਂ ਹੋ ਰਿਹਾ ਕਿਸੇ ਦਾ, ਅਸੀਂ ਵਧੀਆ ਪਾਸੇ ਨੂੰ ਸੋਚਿਆ ਸੀ, ਕਿਸੇ ਦਾ ਮਾੜਾ ਨਹੀਂ ਸੋਚਿਆ ਹੈਗਾ ਵੀ ਕੋਈ ਗਲਤ ਰਸਤੇ ਪਏ, ਜਿੰਨਾ ਕੁ ਤੁਹਾਡੇ ਤੋਂ ਹੋਇਆ ਉਹਨਾਂ ਤੁਸੀਂ ਕੀਤਾ ਜੀ। ਅਤੇ ਬਾਈ ਤੁਸੀਂ ਪੜ੍ਹਾਈ ਕਿੱਥੋਂ ਤੱਕ ਕੀਤੀ ਹੈ? ਪੜ੍ਹਾਈ ਮੈਂ ਬਿਲਕੁਲ ਨਹੀਂ ਕੀਤੀ, ਪੜ੍ਹਾਈ ਕਿੰਨੀ ਦਾ ਵਾ, ਘਰਦਿਆਂ ਨੇ ਕੰਮ ਦੇ ਲਾਲਚ ਨਾਲ ਪੜ੍ਹਨੇ ਨਹੀਂ ਲਾਇਆ, ਇੱਧਰ ਨੂੰ ਲਗਾਏ ਨਹੀਂ ਹੈਗੇ ਵੀ ਕੰਮ ਵਧੀਆ ਕਰਦਾ, ਜੇ ਤਾਂ ਕੋਈ ਮੈਂ ਲਾਇਕ ਜਿਹਾ ਹੁੰਦਾ ਵੀ ਕੰਮ ਨਹੀਂ ਕਰਦਾ, ਇਹਨੂੰ ਤਾਂ ਕਹਿੰਦੇ ਸਕੂਲ ਲਾ ਕੇ ਦੇਖ ਲਓ ਜੀ, ਕਹਿੰਦੇ ਵੀ ਇਹ ਤਾਂ ਕੰਮ ਵਧੀਆ ਕਰਦਾ, ਚੱਲ ਇਹਨੂੰ ਅਨਪੜ੍ਹੇ ਰਹਿਣ ਦਿਓ। ਮਤਲਬ ਤੁਸੀਂ ਉਹ ਤੁਹਾਨੂੰ ਮਤਲਬ ਕਿ ਇਹ ਕਹਿੰਦੇ ਸੀ ਵੀ ਖੇਤੀ ਦਾ ਕੰਮ ਕਰਾਈਏ, ਤੁਸੀਂ ਖੇਤੀ ਦੇ ਨਾਲ ਨਾਲ ਕਬੱਡੀ ਵਾਲੇ ਪਾਸੇ ਤੁਰ ਪਏ, ਸੋ ਤੁਸੀਂ ਕਬੱਡੀ ਵਾਲੇ ਪਾਸੇ ਆਏ ਅਤੇ ਕਬੱਡੀ ਨੇ ਤੁਹਾਨੂੰ ਬਹੁਤ ਕੁਛ ਦਿੱਤਾ, ਕਿਉਂਕਿ ਤੁਹਾਨੂੰ ਜੋ ਨੌਕਰੀ ਮਿਲੀ ਹੈ ਉਹ ਵੀ ਕਬੱਡੀ ਕਰਕੇ ਮਿਲੀ ਹੈ। ਜੇ ਤੁਸੀਂ ਕਬੱਡੀ ਨਾ ਖੇਡਦੇ ਹੋ ਤਾਂ ਇੱਕ ਗੱਲ ਮੰਨ ਕੇ ਚੱਲੋ, ਫਿਰ ਤੁਸੀਂ ਕੀ ਕਰਦੇ ਜੀ? ਕਬੱਡੀ ਵਾਲੇ ਪਾਸੇ ਆਉਣ ਦਾ ਇਹ ਦੰਸ ਕਈ ਵਾਰੀ ਬੰਦੇ ਹੁਣ ਵੀ ਸਵਾਲ ਕਰਦੇ ਨੇ, ਕਈ ਜੇ ਜਾਂ ਕੋਈ ਕਿਸੇ ਦਾ ਬੱਚਾ ਖੇਡਦਾ ਹੁਣ ਜਾਂ ਕੋਈ ਕਿਸੇ ਰਿਸ਼ਤੇਦਾਰ ਹੈ, ਉਹ ਬੰਦੇ ਸਵਾਲ ਕਰਦੇ ਨੇ ਵੀ ਤੁਹਾਡੇ ਵੇਲੇ ਕਬੱਡੀ ਦੇ ਵਿੱਚ ਕੁਛ ਹੈ ਨਹੀਂ ਸੀ, ਵੀ ਅੱਜ ਕਬੱਡੀ ਦੇ ਵਿੱਚ ਬਹੁਤ ਕੁਛ ਹੈ,
ਮੇਰਾ ਉਹਨਾਂ ਨੂੰ ਇਹੀ ਜਵਾਬ ਹੈ ਵੀ ਕਬੱਡੀ ਦੇ ਵਿੱਚ ਜਦ ਸਾਡੇ ਟਾਈਮ ਜਿਹੜਾ ਅੱਜ ਹੈ ਉਹਦੇ ਨਾਲੋਂ ਵੀ ਵੱਧ ਕੇ ਤੇ, ਕਿਉਂ ਸਾਨੂੰ ਸਰਕਾਰੀ ਨੌਕਰੀ ਮਿਲੀ, ਇੱਕ ਅਨਪੜ੍ਹ ਬੰਦੇ ਨੂੰ ਸਰਕਾਰੀ ਨੌਕਰੀ ਮਿਲ ਜਾਣੀ, ਰਿਟਾਇਰਮੈਂਟ ਤੋਂ ਬਾਅਦ ਪੈਨਸ਼ਨ ਲੱਗਣੀ, ਜਿੰਨਾ ਚਿਰ ਆਪਣੇ ਤੱਕ ਮਰਦੇ ਦਮ ਤੱਕ ਸਾਹ ਨੇ ਉਨਾ ਚਿਰ ਸਰਕਾਰੀ ਮੁਲਾਜ਼ਮ। ਬਿਲਕੁਲ ਵੀ ਇਦੋਂ ਹੋਰ ਕਬੱਡੀ ਦੇਣ ਕੀ ਦਊਗੀ, ਆਪਣੀ ਮਿਹਨਤ ਦਾ ਮੁੱਲ ਹੋਰ ਕੀ ਮਿਲੂਗਾ। ਬਿਲਕੁਲ ਜੀ, ਵੀ ਜਿੱਦਾਂ ਦਾ ਸਾਡਾ ਟਾਈਮ ਸੀ ਉਦਾਂ ਦਾ ਸਾਨੂੰ ਬੜਾ ਕੁਛ ਦਿੱਤਾ ਕਬੱਡੀ। ਮੈਂ ਨਾ ਮੈਨੂੰ ਨੌਕਰੀ ਮਿਲਦੀ, ਮੈਂ ਨਾ ਗੇਮ ਖੇਡਦਾ, ਦਿਲਚਸਪੀ ਲੈ ਕੇ ਨਾ ਗੇਮ ਖੇਡਦਾ, ਨੌਕਰੀ ਨਾ ਮਿਲਦੀ। ਅੱਜ ਨੂੰ ਹੋ ਸਕਦਾ ਮੈਂ ਕੋਈ ਠੇਕੇ 'ਤੇ ਜ਼ਮੀਨ ਲੈਂਦਾ, ਜਾ ਕੇ ਜਿਹੜੇ ਹੋਰ ਭੱਜਿਆ ਫਿਰਦਾ, ਕਿਸੇ ਨੂੰ ਕੋਈ ਵੱਧਾ ਗਾਈਆਂ ਰੱਖ ਕੇ ਦੁੱਧ ਪਾਉਂਦਾ ਫਿਰਦਾ ਹੁੰਦਾ, ਮੈਂ ਇਹੋ ਜਿਹੇ ਕੰਮਾਂ ਵੱਲ ਫਿਰਦਾ, ਕਿਸੇ ਨਸ਼ੇ ਵੱਲ ਜਾਂਦਾ ਜਾਂ ਕੋਈ ਅਮਲੀ ਠਮਲੀ ਹੋ ਜਾਂਦਾ। ਕਿਉਂ ਵਿੱਚ ਸਾਡੇ ਵਿਆਜ ਦੇ ਬੰਦੇ ਬਹੁਤ ਨੇ ਜਿਹੜੇ ਕਿਸੇ ਬੇਰੁਜ਼ਗਾਰ ਹੋਣ ਕਰਕੇ ਟੈਨਸ਼ਨ 'ਚ ਆ ਜਾਂਦੇ ਨੇ, ਟੈਨਸ਼ਨ 'ਚ ਆ ਕੇ ਬੰਦਾ ਕੋਈ ਦਾਰੂ ਪੀਣ ਲੱਗ ਗਿਆ, ਕੋਈ ਕਹਿੰਦਾ ਮੈਂ ਭੁੱਕੀ ਖਾਣ ਲੱਗ ਗਿਆ, ਉਹ ਦੱਬਦੇ ਆਪ ਦੱਸਦੇ ਨੇ ਵੀ ਅਸੀਂ ਸਾਡਾ ਮਨ ਨਹੀਂ ਲੱਗਿਆ, ਉਦੋਂ ਬਾਅਦ ਹੋ ਗਿਆ ਡਿਪਰੈਸ਼ਨ 'ਚ ਆ ਜਾਂਦੇ ਨੇ ਉਹ। ਹਾਂਜੀ ਜੀ, ਅਤੇ ਭਾਈ ਤੁਹਾਡੀ ਇਸ ਟਾਈਮ ਉਮਰ ਕਿੰਨੀ ਹੈ ਜੀ? ਉਮਰ ਮੇਰੀ 53 ਸਾਲ ਦੀ ਉਮਰ ਹੈ ਜੀ ਇਸ ਟਾਈਮ ਜੀ। ਕਦੋਂ ਦਾ ਜਨਮ ਤੁਹਾਡਾ ਜੀ? 7/12/65 ਜੀ। ਅਤੇ ਅੱਜ ਕੱਲ੍ਹ ਪਰਿਵਾਰ ਦੇ ਵਿੱਚ ਕੌਣ ਕੌਣ ਜੀ? ਪਰਿਵਾਰ ਦੇ ਵਿੱਚ ਪਹਿਲਾਂ ਸੀਗੇ ਜੀ ਪਿਤਾ ਜੀ ਸਰਦਾਰ ਖੁਸ਼ੀਆ ਸਿੰਘ, ਮਾਤਾ ਜੀ ਗੁਰਦੇਵ ਕੌਰ, ਉਹ ਦੋਨੇ ਸਪੈਰ ਹੋ ਚੁੱਕੇ ਨੇ ਜੀ। ਅਤੇ ਅੱਜ ਕੱਲ੍ਹ ਮੇਰੀ ਫੈਮਿਲੀ ਦੇ ਵਿੱਚ ਇੱਕ ਬੇਟਾ ਸੀਗਾ, ਬੇਟਾ ਸਰਚੈਨ ਸਿੰਘ, ਅਤੇ ਵਾਈਫ ਹੈ ਚਰਨਜੀਤ ਕੌਰ, ਅਤੇ ਇੱਕ ਮੈਂ, ਤਿੰਨੇ ਪਰਿਵਾਰ ਦੇ ਵਿੱਚ 3 ਮੈਂਬਰਾਂ 'ਚ ਜੀ ਰਹਿ ਰਿਹਾ ਜੀ। ਹਾਂਜੀ। ਸੋ ਬੜਾ ਵਧੀਆ ਲੱਗਿਆ ਬਾਈ ਅਮਰੀਕ ਸਿੰਘ ਡੀਜ਼ਲ ਜੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ। ਔਰ ਤੁਸੀਂ ਆਪਣੀ ਖੇਡ ਤਜਰਬੇ ਦੇ ਵਿੱਚੋਂ ਜੋ ਉਹ ਮੁੰਡੇ ਨਵੇਂ ਕਬੱਡੀ ਵੱਲ ਆ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਮੈਸੇਜ ਮੇਰਾ ਇਹੀ ਹੈ ਜੀ, ਇੱਕ ਤਾਂ ਗਰਾਊਂਡ ਪ੍ਰੈਕਟਿਸ ਜ਼ਰੂਰੀ ਹੈ, ਦੂਜਾ ਇਹ ਗੇਮ ਦੇ ਵਿੱਚ ਕੋਈ ਹੰਕਾਰ ਗੁੱਸਾ ਇਹ ਛੱਡ ਦੇਣਾ ਜ਼ਰੂਰੀ ਹੈ। ਇਹ ਨਹੀਂ ਹੈਗਾ ਵੀ ਮੈਂ ਪੈਂਟ ਲਿਆਂਦਾ ਜਾਂ ਮੈਂ ਜੱਫਾ ਲਾਤਾ, ਆਪਾਂ ਨੇ ਨੱਚ ਕੇ ਭੰਗੜੇ ਪਾਵਾ ਦਿਖਾਉਣਾ, ਉਹ ਪਬਲਿਕ ਪਸੰਦ ਨਹੀਂ ਕਰਦੀ, ਪਰ ਉਹ ਬੰਦਾ ਡਿਵੈਲਪਮੈਂਟਲ ਹੋ ਜਾਂਦਾ ਉਹਦੇ ਨਾਲ। ਜਿੰਨੀ ਸਾਫ਼ ਸੁਥਰੀ ਗੇਮ ਖੇਡੋਗੇ ਉਨਾ ਤੁਹਾਨੂੰ ਲੰਬੇ ਸਮੇਂ ਤੱਕ ਬੰਦੇ ਯਾਦ ਵੀ ਕਰਨਗੇ ਜੀ, ਮੋਹ ਮੁਹੱਬਤ ਵੀ ਰੱਖਣਗੇ। ਜੇ ਤੁਸੀਂ ਕਹੋ ਵੀ ਜਿੰਮ ਵਾਲਾ ਸਿਸਟਮ ਹੈ, ਜਿੰਮ ਦੇ ਨਾਲ ਇਹ ਮਿੱਟੀ ਦੀ ਖੇਡ ਦਾ ਕੋਈ ਲਿੰਕ ਨਹੀਂ ਹੈਗਾ। ਜੇ ਗਰਾਊਂਡ ਪ੍ਰੈਕਟਿਸ ਹੈ ਔਰ ਸੁਬਾਹ ਦੀ ਪ੍ਰੈਕਟਿਸ ਹੈ ਜੀ, ਉਹ ਬੰਦੇ ਨਾਲ ਜਿੰਮ ਵਾਲਾ ਨਹੀਂ ਰਲ ਸਕਦਾ ਜੀ। ਮਤਲਬ ਜਿਹੜਾ ਗਰਾਊਂਡ ਪ੍ਰੈਕਟਿਸ ਕਰਦਾ ਉਹ ਜੇ ਗਰਾਊਂਡ ਦੇ ਵਿੱਚ ਖੜਾ 3 ਮੈਚ ਵੀ ਉਹਦੇ ਲਵਾ ਦੋਗੇ ਤਾਂ ਉਹ 3 ਮੈਚ ਲਾਉਣ ਨੂੰ ਵੀ ਤਿਆਰ ਹੈ, ਜਿਹੜਾ ਜਿੰਮ ਕਰਦਾ ਤਾਂ ਉਹ ਦੂਜਾ ਮੈਚ ਲਾਉਣ ਨੂੰ ਤਿਆਰ ਨਹੀਂ ਹੈਗਾ। ਖੁਰਾਕ ਦੀ ਗੱਲ ਹੈ ਜੀ, ਜਿਹੜੀਆਂ ਆਪਣੀਆਂ ਹੋਰ ਵਿਲਾਇਤੀ ਖੁਰਾਕਾਂ ਛੱਡ ਕੇ ਦੇਸੀ ਖੁਰਾਕਾਂ ਨੇ ਜੀ, ਪੁਰਾਣੀਆਂ ਖੁਰਾਕਾਂ ਸਹੀ ਖੁਰਾਕਾਂ ਨੇ, ਹਾਂਜੀ, ਉਹ ਖਾਣ ਦੇ ਵਿੱਚ ਬੰਦੇ ਨੂੰ ਮਿਹਨਤ ਦੀ ਲੋੜ ਹੈ, ਮਿਹਨਤ ਕਰਕੇ ਉਹਦੇ ਜਿਹੜੀ ਪਾਵਰ ਹੈ, ਜਿਹੜੀ ਦੇਸੀ ਖੁਰਾਕ ਨਾਲ ਪਾਵਰ ਆਊਗੀ ਉਹ ਆਊਗੀ ਹੌਲੀ ਅਤੇ ਜਾਊਗੀ ਹੌਲੀ, ਜਾਊਗੀ ਹੌਲੀ, ਉਹ ਸਰੀਰ ਨੂੰ ਨੁਕਸਾਨ ਨਹੀਂ ਉਹਦਾ ਕੋਈ, ਯਾਨੀ ਸਿਹਤ ਵਾਸਤੇ ਵੀ ਚੰਗੀ ਆ, ਉਹਦਾ ਕੋਈ ਨੁਕਸਾਨ ਨਹੀਂ ਹੈਗਾ। ਬਿਲਕੁਲ। ਅਤੇ ਬਾਈ ਇੱਕ ਸਵਾਲ ਛੋਟਾ ਜਿਹਾ ਰਹਿ ਗਿਆ ਸੀ, ਤੁਸੀਂ ਕਬੱਡੀ ਛੱਡੀ ਕਦੋਂ ਸੀ? ਛੱਡੀ ਤਾਂ ਜੀ ਮੈਂ 95-96 ਦੇ ਵਿੱਚ, ਮੇਰਾ ਗੁਰੂ ਗੋਡੇ ਦੇ ਨਾ ਖੇਡਦੇ ਸੀ ਲਿਗਾਮੈਂਟ ਟੁੱਟ ਗਿਆ, ਅਤੇ ਉਦੋਂ ਬਾਅਦ ਕੁਛ ਰੈਸਟ ਕਰੀ, ਉਦੋਂ ਫਿਰ ਮੈਂ ਆਪਰੇਸ਼ਨ ਕਰਾਇਆ ਇਹਦਾ ਪਟਿਆਲੇ, ਪਟਿਆਲੇ ਤੋਂ ਬਾਅਦ ਆਪਰੇਸ਼ਨ ਕਰਾਏ ਤੋਂ ਫਿਰ ਮੈਂ ਖੇਡਣ ਲੱਗਿਆ, ਜਾਣੀ ਉਹਨਾਂ ਪੂਰਾ ਸਾਥ ਤਾਂ ਨਾ ਦਿੱਤਾ ਗੋਡੇ ਨੇ, ਕੁਛ ਪਰਸੈਂਟ ਠੀਕ ਹੋ ਗਿਆ ਜੀ, ਫਿਰ ਦੁਬਾਰਾ ਤਕਲੀਫ ਆਉਣ ਲੱਗ ਗਈ, ਫਿਰ ਮੈਂ ਲੁਧਿਆਣੇ ਆਪਰੇਸ਼ਨ ਕਰਾਇਆ ਤਾਂ, ਫਿਰ ਲੁਧਿਆਣੇ ਕਰਾਉਣ ਤੋਂ ਬਾਅਦ ਉਦੋਂ ਬਾਅਦ ਫਿਰ ਮੈਂ ਗੇਮ ਇਹ ਗੋਡੇ ਕਾਰਨ ਛੱਡਣੀ ਪਈ ਮੈਨੂੰ ਜੀ, ਅਤੇ ਉਸ ਤੋਂ ਬਾਅਦ 40 ਸਾਲੇ ਮੈਚ ਖੇਡਦੇ ਰਹੇ ਨੇ, ਮੈਨੂੰ 4-5 ਮੈਚਾਂ 'ਚ ਲੈ ਗਏ ਇਹ ਜ਼ਬਰਦਸਤੀ, ਮੋਗੇ ਵਾਲੇ ਕਹਿੰਦੇ ਵੀ ਸਾਡੇ ਨਾਲ ਖੇਡ ਲਏ, ਭੋਲ ਹੋਣੀ ਪ੍ਰੀਤਮ ਨਹੀਂ ਕਹਿੰਦੀ ਸਾਡੇ ਨਾਲ ਚੱਲਿਆ ਕਰ, ਮੈਂ 4-5 ਮੈਚ ਗਿਆ, ਉਦੋਂ ਬਾਅਦ ਮੈਂ ਆਪਣੇ ਆਪ ਜਵਾਬ ਦਿੱਤਾ ਉਹਨਾਂ ਨੂੰ ਜੀ, ਇਹ ਕਹਿੰਦੇ ਵੀ ਹੋਰ ਵੀ ਬੰਦੇ ਖੜ੍ਹਦੇ ਹੀ ਨੇ, ਤੂੰ ਖੜ੍ਹ ਜਾ ਕਰ, ਮੈਨੂੰ ਮੈਂ ਇਹਨਾਂ ਨੂੰ ਇਹੀ ਜਵਾਬ ਦਿੱਤਾ ਵੀ ਜੇ ਤਾਂ ਮੈਂ ਪਹਿਲਾਂ ਖੜ੍ਹ ਕੇ ਪੈਸੇ ਲਏ ਹੋਣ ਵੀ ਅੱਜ ਸੋਨੂੰ, ਅੱਜ ਸੋਨੂੰ ਮਿਹਣਾ ਇਹ, ਜੇ ਮੈਂ ਵਿੱਚ ਜਾ ਕੇ ਖੜੂੰਗਾ ਕਹਿਣਗੇ ਇਹਨਾਂ ਦਾ ਬੰਦਾ, ਇਹ ਪੈਸਿਆਂ ਦਾ ਮਾਰਾ ਵਿੱਚ ਖੜਦਾ, ਇਹਨੂੰ ਖੜਾ ਰਹੇ ਨੇ ਵੀ ਇਹਨੂੰ ਪੈਸੇ ਲੈ ਰਹੇ ਨੇ, ਮੈਂ ਇਹਨਾਂ ਨੂੰ ਆਪਣੇ ਆਪ ਜਵਾਬ ਦਿੱਤਾ ਵੀ ਮੈਂ ਖੇਡਣ ਦੇ ਕਾਬਲ ਨਹੀਂ ਹੈਗਾ, ਮੈਂ 40 ਸਾਲੇ ਵੀ ਨਹੀਂ ਲਾਉਣ ਜਾਣਾ, ਅਤੇ ਜਿੱਥੇ ਮੋਗੇ ਵਾਲੇ ਕਹਿੰਦੇ ਵੀ ਸਾਡੇ ਵੱਲੋਂ ਖੇਡ ਲਗਾ ਦਾ ਜੀ, ਮੈਂ ਉਹਨਾਂ ਨੂੰ ਵੀ ਇਹੀ ਗੱਲ ਦੱਸੀ ਵੀ ਖਿਡਾਉਂਦੇ ਇਹ ਨੇ ਮੈਨੂੰ ਵੀ ਕਾਰਨ ਆ ਇਹ ਜੀ, ਵੀ ਨਾ ਮੈਂ ਪਹਿਲਾਂ ਵਿੱਚ ਖੜ ਕੇ ਉਹ ਕਰਿਆ, ਨਾ ਮੈਂ ਹੁਣ ਜੀ ਵੀ ਮੈਂ ਖੜ ਕੇ ਇਹ ਕੰਮ ਨਹੀਂ ਕਰਦਾ, ਮੈਂ ਪੈਸਿਆਂ ਪੈਸੇ ਵਿੱਚ ਖੜਾ ਜੀ। ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ।
ਤੁਸੀਂ ਸਾਡੇ ਜੋਗਾ ਸਮਾਂ ਕੱਢਿਆ ਅਤੇ ਜ਼ਿੰਦਗੀ ਦੀਆਂ ਗੱਲਾਂ ਨੇ ਜੋ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ। ਸੋ ਦੋਸਤੋ, ਅੱਜ ਆਪਾਂ ਨੇ ਡੀਜ਼ਲ ਘਣੀਵਾਲ ਜੀ, ਜ਼ਿਲ੍ਹਾ ਪਟਿਆਲਾ ਜਿਨ੍ਹਾਂ ਦਾ ਪਿੰਡ ਘਣੀਵਾਲ, ਉਹਨਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਜ਼ਿੰਦਗੀ ਦੀਆਂ। ਸੋ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ, ਅਤੇ ਇਹ ਉਪਰਾਲਾ ਸਾਡਾ ਕਿੱਦਾਂ ਦਾ ਲੱਗਦਾ ਲਾਈਕ ਅਤੇ ਕਮੈਂਟ ਵੀ ਜ਼ਰੂਰ ਕਰਨਾ। ਅਗਲੀ ਵਾਰੀ ਅਸੀਂ ਤੁਹਾਨੂੰ ਕਿਸੇ ਹੋਰ ਕਬੱਡੀ ਦੇ ਮਹਾਰਥੀ ਦੇ ਰੂਬਰੂ ਕਰਵਾਵਾਂਗੇ। ਉਦੋਂ ਤੱਕ ਮੈਨੂੰ ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ।